ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ 'ਤੇ ਨਜ਼ਰ, ਜਿਸ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ। ਖਬਰਾਂ 'ਤੇ ਨਗਾਹ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਸਭ ਤੱਕ ਪਹੁੰਚਾਇਆ ਸਤਨਾਮ ਸਿੰਘ, ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਬਿਰਦੀ, ਕਲੋਬਸ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ, 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਲਾਲੀ ਸਿੱਧੂ ਜੀ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ, ਰਣਵੀਰ ਸਿੰਘ ਰਾਣਾ, ਬਿਕਰਸਫੀਲਡ, ਨਵਰਾਜ ਸਿੰਘ ਸਿਆਟਲ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ, ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ, ਗੱਲ ਕਰਦੇ ਹਾਂ ਵਨ ਨੇਸ਼ਨ ਵਨ ਇਲੈਕਸ਼ਨ ਦੀ। ਕਾਫੀ ਔਲਾ ਪਾਇਆ ਭਾਜਪਾ ਨੇ ਇਸ ਮਾਮਲੇ ਦੇ ਵਿੱਚ। ਵਿਰੋਧੀ ਧਿਰਾਂ ਤੇ ਨਹੀਂ ਆਈਆਂ, ਗੈਰ ਹਾਜ਼ਰ ਰਹੀਆਂ, ਪਰ ਭਾਜਪਾ ਵਾਲਿਆਂ ਨੇ ਇੱਕ ਕਮੇਟੀ ਜ਼ਰੂਰ ਬਣਾ ਦਿੱਤੀ। ਆਪਾਂ ਕੱਲ ਵੀ ਗੱਲ ਕੀਤੀ ਸੀ ਇਹ ਮੀਟਿੰਗ ਦੇ ਬਾਰੇ ਦੇ ਵਿੱਚ, ਜੇ ਕਹਿ ਸਕਦੇ ਹੋ ਕਿ ਇਹ ਇਹਨੂੰ ਪ੍ਰਾਇਓਰਿਟੀ ਦੇ ਤੌਰ ਦੇ ਉੱਤੇ ਭਾਜਪਾ ਲੈ ਰਹੀ ਹੈ ਜੀ। ਉਹਦੇ ਕਈ ਕਾਰਨ ਨੇ ਜੀ। ਕਾਰਨ ਜਿਹੜਾ ਪ੍ਰਮੁੱਖ ਇਹ ਆ, ਉਹਨੂੰ ਇਹ ਲੱਗਦਾ ਹੈ ਕਿ ਜੇ ਸ਼ੁਰੂਆਤੀ ਦੌਰ ਦੇ ਵਿੱਚ ਉਹ ਇਹਨੂੰ ਲੈਂਦੀ ਆ ਤਾਂ ਅਗਲੇ ਦੋ ਸਾਲਾਂ ਦੇ ਵਿੱਚ, ਤਿੰਨਾਂ ਸਾਲਾਂ ਦੇ ਦੌਰਾਨ ਉਹ ਸਕਸੈਸ ਹੋ ਸਕਦੀ ਹੈ ਇਸ ਮਾਮਲੇ ਦੇ ਉੱਤੇ, ਜਿਹੜੀ ਕਿ ਸਕਸੈਸ ਅਜੇ ਘੱਟ ਦਿੰਦੀ ਹੈ ਕਿਉਂਕਿ ਇਹ ਇੱਕ ਲੈਂਥੀ ਪ੍ਰੋਸੈਸ ਹੈ। ਇੰਨੀ ਛੇਤੀ ਤਾਂ ਜਿਹੜਾ ਜੀ ਉਹ ਹੋ ਨਹੀਂ ਸਕਣਾ, ਪਰ ਭਾਰਤੀ ਜਨਤਾ ਪਾਰਟੀ ਇਹ ਕਰਨਾ ਜਿਹੜਾ ਜੀ ਉਹ ਚਾਹੁੰਦੀ ਹੈ। ਇਸੇ ਕਰਕੇ ਜਿਹੜੇ 40 ਪਾਰਟੀਆਂ ਦੇ ਮੁਖੀ ਜਿਹੜੇ ਸੀਗੇ, ਉਹਨਾਂ ਨੂੰ ਸੱਦਾ ਪੱਤਰ ਭੇਜਿਆ ਗਿਆ ਸੀਗਾ। ਇਹਦੇ ਵਿੱਚ 21 ਪਾਰਟੀਆਂ ਜਿਹੜੀਆਂ ਸ਼ਾਮਿਲ ਹੋਈਆਂ, ਔਰ ਇਹ 21 ਪਾਰਟੀਆਂ ਜਿਹੜੀਆਂ ਸੀਗੀਆਂ, ਉਹਨਾਂ ਦੇ ਵਿੱਚੋਂ ਜਿਹੜੀਆਂ ਤਾਂ NDA ਦੇ ਨਾਲ ਦੀਆਂ ਨੇ, ਉਹਨਾਂ ਨੇ ਤਾਂ ਇਹਦੇ ਉੱਤੇ ਸਹਿਮਤੀ ਜਿਹੜੀ ਆ ਜੀ ਉਹ ਜਿਤਾਈ ਆ, ਪਰ ਜਿਹੜੀਆਂ ਗੈਰ ਹਾਜ਼ਰ ਰਹੀਆਂ ਉਹਨਾਂ ਦੀ ਚੁੱਪ ਇਹਦੇ ਉੱਤੇ ਜਿਹੜੀ ਦੀ ਉਹ ਬਰਕਰਾਰ ਹੈ। ਇਹਦੇ ਚ ਕਾਂਗਰਸ, ਤ੍ਰਿਣਮੂਲ ਕਾਂਗਰਸ, ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ, ਤੇਲਗੂ ਦੇਸਮ ਪਾਰਟੀ ਸਣੇ 16 ਪਾਰਟੀਆਂ ਜਿਹੜੀਆਂ ਸੀ ਉਹ ਗੈਰ ਹਾਜ਼ਰ ਰਹੀਆਂ। ਸ਼ਿਵ ਸੈਨਾ ਦੇ ਮੁਖੀ ਇਹਦੇ ਵਿੱਚ ਸ਼ਾਮਿਲ ਨਹੀਂ ਹੋਇਆ, ਪਰ ਉਹਨੇ ਇਹ ਜ਼ਰੂਰ ਕਿਹਾ ਸੀ ਕਿ ਉਹ ਆਪਣੇ ਕੋਈ ਨਿੱਜੀ ਕੰਮਾਂ ਕਾਰਾਂ ਕਰਕੇ ਇਹਦੇ ਵਿੱਚ ਜਿਹੜਾ ਨਹੀਂ ਸ਼ਾਮਿਲ ਹੋ ਰਿਹਾ। ਜਿਹੜੇ ਪ੍ਰਧਾਨ ਮੰਤਰੀ ਸਨ ਉਹਨਾਂ ਨੇ ਇਹ ਗੱਲ ਜਿਹੜੀ ਕਹੀ ਸੀ ਕਿ 2022 ਦੇ ਵਿੱਚ ਭਾਰਤ ਦੀ ਆਜ਼ਾਦੀ ਦੇ 75ਵੇਂ ਵਰੇ ਗੰਢ ਮਨਾਉਣ ਦੇ ਉੱਤੇ ਜਿਹੜਾ ਜੀ ਇਹ ਅਹਿਮ ਨੇ। ਇਸ ਮੀਟਿੰਗ ਦੇ ਵਿੱਚ ਜਿਹੜੀ ਉਹ ਗੱਲ ਕੀਤੀ ਗਈ, ਇਹ ਜਿਹੜੀ ਲਾਇਬ੍ਰੇਰੀ ਬਿਲਡਿੰਗ ਆ ਉਹਦੇ ਵਿੱਚ ਮੀਟਿੰਗ ਸੀ, ਜਿਹਦੇ ਵਿੱਚ NCP ਦੇ ਆਗੂ ਸ਼ਰਦ ਪਵਾਰ, CPM ਦੇ ਸੀਤਾਰਾਮ ਯੇਚੁਰੀ, CPI ਦੇ D ਰਾਜਾ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ, ਉੜੀਸਾ ਦੇ ਨਵੀਨ ਪਟਨਾਇਕ ਜਿਹੜੇ ਜੀ ਇਹ ਸਾਰੇ ਦੇ ਸਾਰੇ ਸ਼ਾਮਿਲ ਸੀਗੇ। ਜਿਹੜੀ ਜਿੱਥੋਂ ਤੱਕ ਇਹਦਾ ਇੰਪੈਕਟ ਜਿਹੜਾ ਜੀ ਉਹ ਇਹ ਆ ਕਿ ਜਿਹੜੇ ਪਾਰਟੀਆਂ ਜਿਹੜੀਆਂ ਵੱਡੀਆਂ ਰਹਿ ਜਾਣ, ਛੋਟੀਆਂ ਪਾਰਟੀਆਂ ਨੂੰ ਖਤਮ ਕਰਨ ਦੇ ਇਹ ਯਤਨ ਜਿਹੜੇ ਦੀ ਉਹ ਕਹੇ ਜਾ ਸਕਦੇ ਆ। ਪਰ ਖਾਸ ਤੌਰ ਦੇ ਉੱਤੇ ਜਿਹੜੀ ਰੀਜਨਲ ਪੋਲੀਟਿਕਸ ਹੈ, ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹ ਹਾਸ਼ੀਏ ਦੇ ਉੱਤੇ ਚਲੇ ਗਈਆਂ ਨੇ ਇਸ ਲੋਕ ਸਭਾ ਚੋਣਾਂ ਤੋਂ ਬਾਅਦ। ਇੱਕ ਬੜਾ ਅਹਿਮ ਹੋਊਗਾ ਕਿ ਆਉਂਦੇ ਦਿਨਾਂ ਦੇ ਦੌਰਾਨ ਜਿਹੜੇ ਲੋਕਲ ਇਸ਼ੂਜ਼ ਨੇ ਉਹ ਕਿਸ ਤਰੀਕੇ ਦੇ ਨਾਲ ਐਡਰੈਸ ਕਰਦੀਆਂ ਨੇ ਇਹ ਜਿਹੜੀਆਂ ਦੀ ਪਾਰਟੀਆਂ। ਜੇ ਇਹ ਵਨ ਨੇਸ਼ਨ ਵਨ ਇਲੈਕਸ਼ਨ ਜਿਹੜਾ ਜੀ ਉਹ ਲਾਗੂ ਹੁੰਦਾ ਹੈ ਤੇ ਇਹਦੇ ਵਿੱਚ ਜਿਹਨੇ ਗੇਨ ਕਰਨਾ ਉਹ ਸਭ ਨੂੰ ਪਤਾ ਕਿ ਕਿਹਨੇ ਗੇਨ ਕਰਨਾ। ਲੂਜ਼ਰ ਜਿਹੜੇ ਆ ਜੀ ਉਹ ਖੇਤਰੀ ਪਾਰਟੀਆਂ ਵਾਲੇ ਹੋਣਗੇ ਜਿਹੜੀਆਂ ਮਾੜੀਆਂ ਮੋਟੀਆਂ ਰਹਿ ਗਈਆਂ। ਇੱਥੇ ਹੈਰਾਨੀ ਇਸ ਗੱਲ ਦੀ ਆ ਕਿ ਖੇਤਰੀ ਪਾਰਟੀ ਦੇ ਵਜੋਂ ਉਭਰੀ ਜਿਹੜੇ ਅਕਾਲੀ ਦਲ ਹੈ ਉਹ ਇਹਦੀ ਹਮਾਇਤ ਕਿਵੇਂ ਕਰ ਰਿਹਾ ਜੀ, ਇਹ ਜਿਹੜਾ ਜੀ ਉਹ ਵੱਡਾ ਸਵਾਲ ਹੈ। ਇਹਦੇ ਵਿੱਚ ਨਿਤੀਸ਼ ਕੁਮਾਰ ਹੋਰੀ ਹਮਾਇਤ ਕਿਵੇਂ ਜਿਹੜੀ ਆ ਜੀ ਇਹ ਕਰ ਰਹੇ ਨੇ। ਹਾਲਾਂਕਿ ਅਕਾਲੀ ਦਲ ਖੁਦ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਹਾਸ਼ੀਏ ਦੇ ਉੱਤੇ ਚਲੇ ਗਿਆ। ਕੱਲ ਜਿਹੜੇ ਹਰਿਆਣੇ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਆ ਉਹਨਾਂ ਦਾ ਬਿਆਨ ਜਿਹੜਾ ਸੀਗਾ ਉਹ ਇਹੋ ਜਿਹੀਆਂ ਖੇਤਰੀ ਪਾਰਟੀਆਂ ਜਾਂ ਅਕਾਲੀ ਦਲ ਦੇ ਵਾਸਤੇ ਅੱਖਾਂ ਖੋਲਣ ਵਾਲਾ। ਉਹ ਕਹਿੰਦੇ ਹਰਿਆਣੇ ਦੇ ਵਿੱਚ ਅਸੀਂ ਤਾਂ ਕਿਸੇ ਦੇ ਨਾਲ ਗੱਠਜੋੜ ਕਰਨਾ ਹੀ ਨਹੀਂ। ਉਹ ਕਹਿੰਦੇ ਕਿਵੇਂ ਕੀਤਾ ਜਾ ਸਕਦਾ ਜਦੋਂ ਕਿ ਅਕਾਲੀ ਦਲ ਇਹ ਬਿਆਨ ਦੇਈ ਜਾਂਦਾ ਕਿ 32 ਸੀਟਾਂ ਸਾਨੂੰ ਛੱਡ ਦਿਓ, ਹਰਿਆਣੇ ਦੀਆਂ ਜਿਹੜੀਆਂ ਉਹ 32 ਛੱਡੋ, 3.2% ਸੀਟਾਂ ਵੀ ਜਿਹੜੀਆਂ ਦੀ ਉਹ ਛੱਡਣ ਦੇ ਵਾਸਤੇ ਭਾਰਤੀ ਜਨਤਾ ਪਾਰਟੀ ਤਿਆਰ ਨਹੀਂ। ਜਿਵੇਂ ਇਹ ਜਿਹੜਾ ਜੀ ਰਾਗ ਫੇਰ ਛੋਇਆ ਗਿਆ ਔਰ ਕਮੇਟੀ ਜਿਹੜੀ ਆ ਜੀ ਉਹ ਬਣਾ ਦਿੱਤੀ ਗਈ ਆ, ਇਹਦੇ ਤੋਂ ਇੱਕ ਗੱਲ ਤਾਂ ਜਿਹੜੀ ਜੀ ਉਹ ਕਲੀਅਰ ਦਿੰਦੀ ਆ ਕਿ ਭਾਰਤੀ ਜਨਤਾ ਪਾਰਟੀ ਇਸ ਮੁੱਦੇ ਨੂੰ ਛੇਤੀ ਤਿਆਂ ਛੱਡੂਗੀ ਨਹੀਂ ਜੀ। ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਹੈ ਤਾਂ ਹਰੇਕ ਥਾਈਂ ਬਸ ਓਕੇ ਹੀ ਹੁੰਦਾ ਇਹਨਾਂ ਦਾ ਤਾਂ। ਅਤੇ ਅੱਗੇ ਗੱਲ ਕਰਦੇ ਹਾਂ ਜਿਹੜੇ ਲੋਕ ਲੁਭਾਊ ਲਾਰੇ ਆ ਉਹਨਾਂ ਨੇ ਪੰਜਾਬ ਦੇ ਬਹੁਤ ਸਾਰੇ ਜਿਹੜੇ ਅਦਾਰੇ ਆ ਉਹ ਡੱਬੇ 'ਚ ਹੀ ਬੰਦ ਕਰ ਦਿੱਤੇ। ਬਿਲਕੁਲ, ਐਕਚੁਲੀ ਇਹ ਜਿਉਂ ਜਿਉਂ ਲੋਕ ਲੁਭਾਊ ਸਕੀਮਾਂ ਜਿਹੜੀਆਂ ਸੀ ਉਹ ਆਉਂਦੀਆਂ ਗਈਆਂ ਤਿਉਂ ਤਿਉਂ ਜਿਹੜਾ ਸੱਤਿਆ ਨਾਸ਼ ਸੀ ਉਹ ਹੁੰਦਾ ਗਿਆ।
ਲੋਕ ਅੱਜ ਵੀ ਇਹ ਸਮਝਣ ਦੇ ਵਾਸਤੇ ਤਿਆਰ ਨਹੀਂ ਕਿ ਇਹ ਉਹਨਾਂ ਦੇ ਛਿੱਤਰ ਹੀ ਆ ਜਿਹੜੇ ਉਹਨਾਂ ਦੇ ਸਿਰ 'ਚ ਪੈਂਦੇ ਆ, ਕੋਈ ਕਿਸੇ ਸਿਆਸੀ ਪਾਰਟੀ ਨੇ ਪੱਲਿਓਂ ਨਹੀਂ ਦੇ ਦੇਣਾ ਹੁੰਦਾ। ਇਹ ਤਾਂ ਲੋਕਾਂ ਦਾ, ਜੇ ਇੱਕ ਪਾਸੇ ਕਿਸਾਨਾਂ ਨੂੰ ਅੱਜ ਬਿਜਲੀ ਫ੍ਰੀ ਜਿਹੜੀ ਆ ਜੀ ਉਹ ਕਹੀ ਜਾਂਦੀ ਹੈ ਕਿ ਸਾਨੂੰ ਬਿਜਲੀ ਫ੍ਰੀ ਹੈ, ਕੋਈ ਕਿਸਾਨ ਇਹ ਸਮਝਦਾ ਕਿ ਉਹਦਾ ਜਿਹੜਾ ਘਰ ਦਾ ਬਿੱਲ ਆ ਬਿਜਲੀ ਦਾ ਉਹ ਜਿਹੜਾ 2500 ਰੁਪਇਆ ਹੁੰਦਾ ਸੀਗਾ ਉਹ ਅੱਜ 7000 ਰੁਪਇਆ 6000 ਰੁਪਇਆ ਕਿਉਂ ਹੋ ਗਿਆ? ਉਹ ਦੂਜੇ ਤਰੀਕੇ ਦੇ ਨਾਲ ਜਿਹੜਾ ਵੀ ਉਹ ਲੈਣਾ ਜਾਣਦੇ ਨੇ। ਇਸੇ ਤਰੀਕੇ ਦੇ ਨਾਲ 2007 ਦੇ ਵਿੱਚ ਅਕਾਲੀ ਭਾਜਪਾ ਨੇ ਆਟਾ ਦਾਲ ਸਕੀਮ ਸ਼ੁਰੂ ਕੀਤੀ ਸੀਗੀ, ਔਰ ਇਹ ਸਕੀਮ ਇਸ ਤਰ੍ਹਾਂ ਦੀ ਸੀ ਕਿ ਜਿਹੜੀ ਦੂਜੀਆਂ ਪਾਰਟੀਆਂ ਨੇ, ਚਾਹੇ ਉਹ 2017 ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਆਮ ਆਦਮੀ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ, ਉਹਨਾਂ ਦੀ ਇਹ ਜ਼ਰੂਰਤ ਨਹੀਂ ਕਿ ਉਹ ਇਸ ਸਕੀਮ ਦੇ ਉੱਤੇ ਉਂਗਲੀ ਜਿਹੜੀ ਆ ਜੀ ਉਹ ਧਰ ਸਕਣ। ਪਰ ਇਹ ਸਕੀਮਾਂ ਜਿਹੜੀਆਂ ਜੀ ਉਹ ਕਿਵੇਂ ਖਾ ਜਾਂਦੀਆਂ ਨੇ ਅਰਥਚਾਰੇ ਨੂੰ, ਉਹਦੀ ਇੱਕ ਮਿਸਾਲ ਜਿਹੜੀ ਆ ਜੀ ਉਹ ਹੁਣ ਸਾਹਮਣੇ ਆ ਰਹੀ ਆ। ਜਿਹੜੇ ਅਦਾਰੇ ਨੇ, ਜਨਤਕ ਅਦਾਰੇ ਨੇ, ਉਹਨਾਂ ਨੂੰ ਬਹੁਤ ਮਹਿੰਗਾ ਮੁੱਲ ਇਹਦਾ ਜਿਹੜਾ ਜੀ ਉਹ ਦੇਣਾ ਪੈ ਰਿਹਾ। ਆਟਾ ਦਾਲ ਸਕੀਮ ਨੇ ਪਨਸਪ, ਮਾਰਕ ਫੈਡ, ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੂੰ ਜਿਹੜਾ ਜੀ ਭਾਰੀ ਘਾਟੇ ਵੱਲ ਨੂੰ ਧੱਕ ਦਿੱਤਾ। ਪਨਸਪ ਤੇ ਜਿਹੜੇ ਹੋਰ ਅਦਾਰੇ ਨੇ ਉਹਨਾਂ ਨੇ ਸਰਕਾਰ ਦੇ ਨਾਲ ਇਸ ਘਾਟੇ ਨੂੰ ਪੂਰੇ ਕਰਨ ਦੇ ਵਾਸਤੇ ਵੱਡੀ ਜੱਦੋਜਹਿਦ ਜਿਹੜੀ ਸੀ ਉਹ ਚੱਲ ਰਹੀ ਆ। ਮਾਰਕ ਫੈਡ ਦੇ ਵੱਲੋਂ ਆਟਾ ਦਾਲ ਸਕੀਮ ਦੇ ਅਧੀਨ 475 ਕਰੋੜ ਰੁਪਈਏ ਦੀ ਮੰਗ ਸਰਕਾਰ ਤੋਂ ਕੀਤੀ ਜਿਹੜਾ ਜੀ ਉਹ ਜਾ ਰਹੀ ਆ। ਇਹਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਇਹ ਕਹਿੰਦੇ ਆ ਕਿ ਇਹਨਾਂ ਦੀਆਂ ਜਿਹੜੀਆਂ ਯੋਜਨਾ ਦੀਆਂ ਦੇਣਦਾਰੀਆਂ ਦਾ ਹੱਲ ਕੈਸ਼ ਕ੍ਰੈਡਿਟ ਲਿਮਿਟ ਦੇ ਰਾਹੀਂ ਕੱਢਣ ਦੇ ਯਤਨ ਜਿਹੜੇ ਆ ਜੀ ਉਹ ਕੀਤੇ ਗਏ ਸੀਗੇ। ਪਰ ਇਹ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਹੈ ਜਿਹੜੇ ਅਧਿਕਾਰੀ ਉਹ ਕਹਿੰਦੇ ਆ ਕਿ ਸਰਕਾਰ ਦੇ ਵੱਲੋਂ ਆਟਾ ਦਾਲ ਸਕੀਮ ਸ਼ੁਰੂ ਕਰਨ ਵੇਲੇ ਜਨਤਕ ਖੇਤਰ ਦੇ ਸਾਰੇ ਅਦਾਰਿਆਂ ਨੂੰ ਜਿਹੜੀ ਵਿੱਤੀ ਮਦਦ ਆ ਉਹ ਦੇਣ ਦਾ ਫੈਸਲਾ ਕੀਤਾ ਗਿਆ ਸੀ। ਪਰ ਅਕਾਲੀ ਭਾਜਪਾ ਸਰਕਾਰ ਨੇ ਪਨਸਪ, ਮਾਰਕ ਫੈਡ, ਵੇਅਰ ਹਾਊਸਿੰਗ ਕਾਰਪੋਰੇਸ਼ਨ ਤੇ ਪੰਜਾਬ ਐਗਰੋ ਦੀ ਮਦਦ ਤੋਂ ਮੂੰਹ ਹੀ ਫੇਰ ਲਿਆ। ਨਵੀਂ ਜਿਹੜੀ ਬਾਅਦ ਚ ਬਣੀ ਕਾਂਗਰਸ ਸਰਕਾਰ ਨੇ ਵੀ ਅਕਾਲੀ ਭਾਜਪਾ ਸਰਕਾਰ ਵਾਲਾ ਰਵੱਈਆ ਅਖਤਿਆਰ ਕਰ ਲਿਆ ਵੀ ਜੇ ਉਹ ਨੀ ਦੇ ਕੇ ਗਏ ਤੇ ਅਸੀਂ ਕਿਉਂ ਦਈਏ। ਇਹਦੇ ਹਾਲਾਤ ਅੱਜ ਇਹ ਬਣ ਗਏ ਕਿ ਘਾਟੇ ਦਾ ਸ਼ਿਕਾਰ ਇਹ ਅਦਾਰੇ ਜਿਹੜੇ ਆ ਆਟਾ ਦਾਲ ਸਕੀਮ ਦੀਆਂ ਦੇਣਦਾਰੀਆਂ ਦੇ ਭਾਰ ਨੇ ਜਿਹੜਾ ਜੀ ਉਹ ਦਬਲੇ ਆ। ਇਹ ਕਿਹਾ ਜਾ ਰਿਹਾ ਕਿ ਸਰਕਾਰ ਦੇ ਵੱਲੋਂ ਗੰਭੀਰ ਮਾਲੀ ਸੰਕਟ ਨੂੰ ਵੇਖਦਿਆਂ ਇਹਨਾਂ ਅਦਾਰਿਆਂ ਨੂੰ ਜ਼ਬਾਨੀ ਹਦਾਇਤ ਕੀਤੀ ਗਈ ਆ ਕਿ ਆਟਾ ਦਾਲ ਸਕੀਮ ਦੀਆਂ ਵਿੱਤੀ ਦੇਣਦਾਰੀਆਂ ਨੂੰ ਕਣਕ ਤੇ ਝੋਨੇ ਦੀ ਖਰੀਦ ਲਈ ਬੈਂਕਾਂ ਤੋਂ ਹਾਸਲ ਕੀਤੀ ਜਾਂਦੀ ਕੈਸ਼ ਕ੍ਰੈਡਿਟ ਲਿਮਿਟ ਦੀ ਰਾਸ਼ੀ ਦੇ ਵਿੱਚ ਐਡਜਸਟ ਕੀਤਾ ਜਾਵੇ। ਇਹ ਹੋਰ ਖਤਰਨਾਕ ਜਿਹੜਾ ਜੀ ਹੋਊਗਾ। ਦੂਜੇ ਪਾਸੇ ਪਨਸਪ ਦਾ ਹਾਲ ਜਿਹੜਾ ਜੀ ਇਹ ਹੋ ਗਿਆ ਕਿ ਉਹਦਾ ਇੱਕ ਖਾਤਾ ਜਿਹੜਾ ਜੀ NPA ਦੇ ਵਿੱਚ ਚਲੇ ਗਿਆ ਜੀ। ਜਿਹੜੇ ਖਾਤੇ ਡੁੱਬ ਜਾਂਦੇ ਕਰਜ਼ਿਆਂ ਦੇ ਵਿੱਚ ਉਹਦੇ ਵਿੱਚ ਜਿਹੜਾ ਜੀ ਉਹ ਚਲੇ ਗਿਆ। ਇਹ ਉਹ ਅਦਾਰੇ ਆ ਜਿਹੜੇ ਜਨਤਕ ਅਦਾਰੇ ਆ। ਹੁਣ ਸਵਾਲ ਇਹ ਆ ਕਿ ਲੋਕਾਂ ਨੇ ਵੋਟਾਂ ਪਾਤੀਆਂ ਆਟਾ ਦਾਲ ਸਕੀਮ ਜਿਹੜੀ ਜੀ ਉਹ ਵੇਖ ਕੇ ਜਾਂ ਦੂਜੀਆਂ ਜਿਹੜੀਆਂ ਲੋਕ ਲੁਭਾਊ ਸਕੀਮਾਂ ਸੀ ਉਹ ਵੇਖ ਕੇ, ਪਰ ਇਹਦਾ ਹੁਣ ਜਵਾਬ ਕੌਣ ਦੇਊਗਾ ਕਿ ਇਹ ਅਦਾਰੇ ਜੇ ਡੁੱਬ ਜਾਂਦੇ ਆ ਜਿਹੜੇ ਡੁੱਬਣ ਦੇ ਕੰਢੇ ਹੈ ਜੀ, ਕਿੰਨੀਆਂ ਜੋਬ ਜਿਹੜੀਆਂ ਨੇ ਉਹ ਇਹਦੇ ਨਾਲ ਚਲੇ ਜਾਣਗੀਆਂ ਔਰ ਮੁੜ ਕੇ ਇਹ ਅਦਾਰੇ ਜਿਹੜਾ ਜੀ ਉਹ ਉੱਠ ਨਹੀਂ ਸਕਣਗੇ। ਕਿਉਂਕਿ ਹਾਲਾਤ ਇਹ ਆ ਜੀ ਕਿ ਇੱਥੇ ਸਿਰਫ ਸਰਕਾਰ ਬਣਾਉਣਾ ਤੇ ਜਿੱਤ ਹਾਸਲ ਕਰਨਾ ਇੱਕੋ ਇੱਕ ਮਕਸਦ ਜਿਹੜਾ ਜੀ ਉਹ ਬਣ ਗਿਆ। ਤਾਂ ਹੀ ਕਰਕੇ ਜਿਹੜੇ PK ਵਰਗੇ ਲੋਕ ਨੇ, ਪ੍ਰਸ਼ਾਂਤ ਕਿਸ਼ੋਰ ਵਰਗੇ, ਉਹ 300-300 ਕਰੋੜ ਰੁਪਇਆ, 400-400 ਕਰੋੜ ਰੁਪਇਆ ਜਿਹੜਾ ਜੀ ਉਹ ਬਣਾ ਕੇ ਆਪਣੀ ਜਿਹੜਾ ਜੀ ਉਹ ਲਾਂਭੇ ਹੋ ਜਾਂਦੇ ਆ ਲੋਕਾਂ ਦੇ ਨਾਲ ਜਿਹੜਾ ਜੀ ਉਹ ਵਾਅਦੇ ਕਰਦੇ ਕਰਕੇ ਤੇ ਲੋਕ ਜਿਹੜਾ ਜੀ ਉਹ ਲੱਭਦੇ ਮਗਰ ਮਗਰ ਤੁਰੇ ਫਿਰਦੇ ਆ ਕਿ ਘਰ ਘਰ ਨੌਕਰੀ ਦੇਣੀ ਸੀਗੀ, ਜਿਹੜਾ ਸਮਾਰਟ ਫੋਨ ਦੇਣਾ ਸੀਗਾ, ਬੇਰੁਜ਼ਗਾਰੀ ਭੱਤਾ ਦੇਣਾ ਸੀਗਾ। ਪਰ ਸਿਆਸੀ ਪਾਰਟੀਆਂ ਨੇ ਇੱਕ ਗੱਲ ਜਿਹੜੀ ਜੀ ਉਹ ਧਾਰ ਲਈ ਕਿ ਸਿਰਫ ਲੋਕਾਂ ਨੂੰ ਮੂਰਖ ਬਣਾਓ, ਚੋਣਾਂ ਜਿੱਤੋ ਤੇ ਜਿਹੜਾ ਬੇੜਾ ਗਰਕ ਹੁੰਦਾ ਜੀ ਸਰਕਾਰੀ ਅਦਾਰਿਆਂ ਦਾ ਉਹ ਹੋਣ। ਬਿਲਕੁਲ ਜੀ, ਉਹਨਾਂ ਨੂੰ ਕੀ ਆ ਮਨੀ 5 ਸਾਲ ਲਾ ਕੇ ਉਹ ਜਾਣਾ। ਤੇ ਅੱਗੇ ਗੱਲ ਕਰਦੇ ਆ 2 ਸਾਲ ਦਾ ਜਿਹੜਾ ਬੱਚਾ ਸੀ ਫਤਿਹਵੀਰ, ਜਿਸਦੀ ਬੋਰ ਵਿੱਚ ਡਿੱਗਣ ਕਰਕੇ ਮੌਤ ਹੋ ਗਈ ਸੀਗੀ, ਉਸ ਦਾ ਭੋਗ ਗਿਆ ਤੇ ਸਰਕਾਰ ਵੱਲੋਂ ਵੀ ਉਸ ਦੇ ਨਾਂ ਦੇ ਉੱਤੇ ਇੱਕ ਸੜਕ ਦਾ ਨਾਂ ਰੱਖ ਕੇ ਲੋਕਾਂ ਨੂੰ ਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ। ਅੱਜ ਦਾ ਜਿਹੜਾ ਦੀ ਭੋਗ ਪਾਇਆ ਜਾਊਗਾ ਸੁਨਾਮ ਦੀ ਦਾਣਾ ਮੰਡੀ ਦੇ ਵਿੱਚ ਜਿਹੜਾ ਜੀ, ਔਰ ਇੱਥੇ ਕੌਣ ਕੌਣ ਪਹੁੰਚਦਾ ਆ ਇਹ ਤਾਂ ਜਿਹੜਾ ਜੀ ਅੱਜ ਪਤਾ ਲੱਗੂਗਾ। ਪਰ ਇੱਥੇ ਸਿਆਸੀ ਨੇਤਾ ਕਿੰਨੇ ਕੁ ਪਹੁੰਚਦੇ ਆ ਇਹਦੇ ਉੱਤੇ ਕਿੰਤੂ ਪਰੰਤੂ ਥੋੜਾ ਜਿਹਾ ਜਿਹੜਾ ਵੀ ਉਹ ਹੈਗਾ। ਜਿਹੜੇ ਲੋਕ ਨੇ, ਜਿਹੜੇ ਖਾਸ ਤੌਰ ਦੇ ਉੱਤੇ ਨੌਜਵਾਨ ਵਰਗ ਆ ਜੀ, ਉਹਨਾਂ ਨੇ ਪਿਛਲੇ ਦਿਨਾਂ ਤੋਂ ਇਹ ਐਲਾਨ ਕੀਤਾ ਹੋਇਆ ਕਿ ਇੱਥੇ ਕੋਈ ਸਿਆਸੀ ਆਗੂ ਨਾ ਆਵੇ। ਕੋਈ ਵੀ ਕਹਿੰਦੇ ਆ ਕਿ ਜੇ ਕੋਈ ਆਉਂਦਾ ਤੇ ਉਹਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਊਗਾ,
ਤੇ ਫਿਰ ਉਹ ਇਸ ਵਿਰੋਧ ਦਾ ਜ਼ਿੰਮੇਵਾਰ ਆਪ ਹੋਊਗਾ, ਇਹ ਲੋਕ ਐਲਾਨ ਕਰਦੇ ਆ। ਕੱਲ ਜਿਹੜੇ ਹੈਗੇ ਨੇ ਜੀ DPRO, ਉਹਨੇ ਫਤਿਹਵੀਰ ਦੇ ਦਾਦੇ ਦੀ ਇੱਕ ਜਿਹੜੀ ਵੀਡੀਓ ਬਣਵਾ ਕੇ ਅੱਗੇ ਪੱਤਰਕਾਰਾਂ ਨੂੰ ਭੇਜੀ, ਜਿਹਦੇ ਵਿੱਚ ਉਹ ਇਹ ਕਹਿੰਦਾ ਕਿ ਅਸੀਂ ਕਿਸੇ ਨੂੰ ਨਹੀਂ ਰੋਕ ਰਹੇ, ਇਹ ਵੀ ਗੱਲ ਆਖੀ ਕਿ ਲੋਕ ਜਿਹੜਾ ਜੀ ਉਹ ਵਿਰੋਧ ਨਾ ਕਰਨ ਕਿਸੇ ਦਾ, ਕਿਉਂਕਿ ਲੋਕ ਰੋਹ ਜਿਹੜਾ ਜੀ ਉਹਦੇ ਤੋਂ ਸਰਕਾਰ ਉਦੋਂ ਡਰੀ ਸੀ। 6 ਦਿਨ ਤੋਂ ਬਾਅਦ ਫਤਿਹਵੀਰ ਨੂੰ ਬੋਰਵੈਲ ਚੋਂ ਕੱਢਿਆ ਗਿਆ, 5 ਦਿਨ ਤੋਂ ਬਾਅਦ ਮੁੱਖ ਮੰਤਰੀ ਹੋਰਾਂ ਦਾ ਟਵੀਟ ਆਇਆ ਸੀਗਾ ਤੇ ਫੇਸਬੁੱਕ ਦੇ ਉੱਤੇ ਸਟੇਟਸ ਜਿਹੜਾ ਜੀ ਆਇਆ ਸੀਗਾ, ਉਦੋਂ ਬਾਅਦ ਲੋਕਾਂ ਨੇ ਜੋ ਭੜਾਸ ਕੱਢੀ ਉਹ ਸਭ ਨੂੰ ਪਤਾ, ਜਿਹਦੇ ਕਰਕੇ ਜਿਹੜਾ ਜੀ ਉਹ ਇਹ ਸਿਆਸੀ ਲੋਕ ਡਰੇ ਹੋਏ ਆ। ਲੋਕ ਇਹ ਕਹਿੰਦੇ ਆ ਸਾਨੂੰ ਨੀ ਜ਼ਰੂਰਤ ਕਿਸੇ ਦੀ ਵੀ, ਚਾਹੇ ਉਹ ਮੰਤਰੀ ਆ, ਚਾਹੇ ਉਹ MLA ਆ, ਚਾਹੇ ਉਹ MP ਆ। ਸੁਨਾਮ ਦੇ ਵਿੱਚ ਇਹ ਪੈਂਦਾ, ਵਿਧਾਨ ਸਭਾ ਹਲਕੇ ਦੇ ਵਿੱਚ ਸੁਨਾਮ ਤੋਂ MLA ਨੇ ਜੀ ਅਮਨ ਅਰੋੜਾ ਹੋਰੀ ਆਮ ਆਦਮੀ ਪਾਰਟੀ ਦੇ, ਜਿਹੜੇ ਕੈਬਨਿਟ ਦੇ ਵਿੱਚ ਮੰਤਰੀ ਨੇ ਸੁਰਿੰਦਰ ਸਿੰਗਲਾ ਹੋਰੀ ਉਹ ਸੰਗਰੂਰ ਤੋਂ ਨੇ, ਉਹ ਕੱਲ ਘਰ ਜਿਹੜਾ ਜਾ ਕੇ ਆਏ ਜਿਹੜਾ ਜੀ ਇਸ ਪਰਿਵਾਰ ਦੇ, ਔਰ ਇਹ ਲੋਕਾਂ ਦੇ ਰੋਹ ਤੋਂ ਬਾਅਦ ਚੁੱਪ ਕੀਤੇ ਆ ਉਹਨਾਂ ਦਾ ਜਿਹੜਾ ਜੀ ਘਰ ਦੇ ਵਿੱਚ ਜਾਣਾ, ਇੱਥੇ ਉਹ ਇਸ ਪਾਸੇ ਵੱਲ ਨੂੰ ਇਸ਼ਾਰਾ ਹੈ ਕਿ ਸ਼ਾਇਦ ਭੋਗ ਦੇ ਮੌਕੇ ਦੇ ਉੱਤੇ ਤਾਂ ਉਹ ਆਉਣਗੇ ਨਹੀਂ। ਇੱਥੇ ਉਹਨਾਂ ਨੇ ਸਰਕਾਰ ਦੀ ਤਰਫੋਂ ਜਿਹੜਾ ਜੀ ਐਲਾਨ ਕੀਤਾ ਕਿ ਸੁਨਾਮ ਤੋਂ ਲੌਂਗੋਵਾਲ ਵਾਇਆ ਸ਼ੇਰੋਂ ਜਾਣ ਵਾਲੀ ਜਿਹੜੀ ਸੜਕ ਹੈ ਉਹਦਾ ਨਾਮ ਫਤਿਹਵੀਰ ਸਿੰਘ ਮਾਰਗ ਜਿਹੜਾ ਜੀ ਉਹ ਰੱਖਿਆ ਜਾਊਗਾ। ਇਹ ਕਿਹਾ ਗਿਆ ਕਿ ਸਰਕਾਰ ਨੇ ਇਹ ਮਨਜ਼ੂਰ ਜਿਹੜਾ ਜੀ ਉਹ ਕਰ ਲਿਆ ਤੇ ਇਹਦਾ ਨਾਮ ਛੇਤੀ ਨਾਮਕਰਨ ਜਿਹੜਾ ਜੀ ਉਹ ਕਰ ਦਿੱਤਾ ਜਾਊਗਾ। ਇਹ ਲੋਕਾਂ ਨੂੰ ਸ਼ਾਂਤ ਕਰਨ ਦੇ ਵਾਸਤੇ ਜਿਹੜਾ ਜੀ ਐਲਾਨ ਕੀਤਾ ਗਿਆ। ਇਹ ਕੋਈ ਕਰੀਬ 12 ਕਿਲੋਮੀਟਰ ਲੰਬੀ ਜਿਹੜੀ ਜੀ ਉਹ ਸੜਕ ਹੈ ਜਿਹਦਾ ਨਾਮ ਜਿਹੜਾ ਜੀ ਉਹ ਬਦਲਿਆ ਜਾਊਗਾ। ਇੱਥੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਲੋਕ ਨੇ ਉਹ ਇਹ ਜ਼ਰੂਰ ਕਹਿ ਰਹੇ ਆ ਕਿ ਉਹ ਆਪਣੀ ਗੱਲ ਦੇ ਉੱਤੇ ਬਜਦ ਨੇ। ਇੱਥੋਂ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਨੇ ਭਗਵੰਤ ਮਾਨ ਹੋਰੀ ਉਹ ਵੀ ਲੋਕਾਂ ਦੇ ਨਿਸ਼ਾਨੇ ਦੇ ਉੱਤੇ ਨੇ, ਹਾਲਾਂਕਿ ਜਿੱਤ ਉਹਨਾਂ ਨੇ ਹੁਣੇ ਥੋੜਾ ਸਮਾਂ ਪਹਿਲਾਂ ਜਿਹੜੀ ਜੀ ਉਹ ਦਰਜ ਕੀਤੀ ਆ ਲੋਕ ਸਭਾ ਦੀ। ਇੱਥੋਂ MLA ਨਿਸ਼ਾਨੇ ਦੇ ਉੱਤੇ ਨੇ, ਸਰਕਾਰ ਦੇ ਮੰਤਰੀ ਸੰਤਰੀ ਉਹ ਸਾਰੇ ਦੇ ਸਾਰੇ ਜਿਹੜਾ ਜੀ ਉਹ ਨਿਸ਼ਾਨੇ ਦੇ ਉੱਤੇ ਨੇ। ਲੋਕ ਜਿਹੜੇ ਨੇ ਉਹ ਅਜੇ ਵੀ ਭਰੇ ਪੀਤੇ ਬੈਠੇ ਨੇ, ਜਿਨ੍ਹਾਂ ਨੇ ਕਈ ਦਿਨ ਸੜਕਾਂ ਜਿਹੜੀਆਂ ਸੀ ਉਹ ਰੋਕੀ ਰੱਖੀਆਂ। ਸਰਕਾਰ ਦੇ ਮਨ ਦੇ ਅੰਦਰ ਜਿਹੜਾ ਡਰ ਹੈ ਉਹ ਇੱਥੋਂ ਜਿਹੜਾ ਜੀ ਵੀਰ ਹੈ ਕਿ ਉਹ ਇਹਦੇ ਦਾਦੇ ਦੀ ਵੀਡੀਓ ਜਿਹੜੀ ਜੀ ਉਹ ਬਣਵਾ ਕੇ ਅੱਗੇ ਤੋਂ ਅੱਗੇ ਮੀਡੀਆ ਨੂੰ ਖਾਸ ਤੌਰ ਦੇ ਉੱਤੇ ਜਿਹੜੀ ਜੀ ਉਹ DPRO ਦੇ ਵੱਲੋਂ ਕੱਲ੍ਹ ਤੋਂ ਭੇਜੀ ਜਾ ਰਹੀ ਹੈ ਜੀ। ਤੇ ਅੱਗੇ ਗੱਲ ਕਰਦੇ ਜੀ, ਦਿੱਲੀ ਦੇ ਵਿੱਚ ਜਿਹੜਾ ਸਿੱਖ ਡਰਾਈਵਰ ਆ ਉਸ ਦੀ ਕੁੱਟਮਾਰ ਹੋਈ ਆ, ਉਸ ਨੂੰ ਲੈ ਕੇ ਹਾਈ ਕੋਰਟ ਨੇ ਦਿੱਲੀ ਪੁਲਿਸ ਦੀ ਖਿਚਾਈ ਕੀਤੀ। ਇਸਲਈ ਜੀ ਇੱਕ ਪਟੀਸ਼ਨ ਜਿਹੜੀ ਆ ਦਿੱਲੀ ਹਾਈ ਕੋਰਟ ਦੇ ਵਿੱਚ ਪਾਈ ਗਈ ਆ। ਇਹ ਕਿਹਾ ਗਿਆ ਕਿ ਇਹਦੀ ਜਾਂਚ CBI ਤੋਂ ਜਿਹੜੀ ਉਹ ਕਰਵਾਈ ਜਾਵੇ। ਮੁਖਰਜੀ ਨਗਰ ਜਿਹੜਾ ਥਾਣਾ ਸੀਗਾ ਉੱਥੇ ਸਭ ਨੇ ਉਹ ਵੀਡੀਓ ਜਿਹੜੀ ਆ ਜੀ ਉਹ ਦੇਖੀ ਆ, ਸਰਬਜੀਤ ਸਿੰਘ ਤੇ ਉਹਦੇ ਮੁੰਡੇ ਦੀ ਜਿਵੇਂ ਕੁੱਟਮਾਰ ਜਿਹੜੀ ਸੀਗੀ। ਇਸ ਮਾਮਲੇ ਦੇ ਵਿੱਚ ਜਿਹੜੀ ਦਿੱਲੀ ਦੀ ਹਾਈ ਕੋਰਟ ਹੈ ਉਹਨੇ ਇਹ ਦਿੱਲੀ ਪੁਲਿਸ ਦੀ ਚੰਗੀ ਲਾਹਪਾਹ ਜਿਹੜੀ ਆ ਜੀ ਉਹ ਕੀਤੀ ਆ। ਇਹ ਉਹਨੇ ਟਿੱਪਣੀਆਂ ਕੁਛ ਬੜੀਆਂ ਜਿਹੜੀਆਂ ਕੀਤੀਆਂ ਨੇ ਉਹਦੇ ਵਿੱਚ ਉਹਨੇ ਕਿਹਾ ਕਿ ਵੀਡੀਓ ਜਿਹੜੀ ਆ ਉਹ ਪੁਲਿਸ ਦੀ ਦਰਿੰਦਗੀ ਦਾ ਸਬੂਤ ਹੈ ਤੇ ਵਰਦੀਧਾਰੀ ਜਿਹੜਾ ਜੀ ਉਹਨੂੰ ਇਸ ਤਰ੍ਹਾਂ ਦਾ ਕਾਰਾ ਨਹੀਂ ਜਿਹੜਾ ਕਰਨਾ ਚਾਹੀਦਾ। ਇਹ 2 ਮੈਂਬਰੀ ਬੈਂਚ ਹੈ ਦਿੱਲੀ ਹਾਈ ਕੋਰਟ ਦਾ, ਜਸਟਿਸ ਜੈਨਤ ਨਾਥ ਤੇ ਜਸਟਿਸ ਨਦਮੀ ਵਜ਼ੀਰੀ। ਉਹਨਾਂ ਨੇ ਇਹ ਜਿਹੜੀ ਆ ਜੀ ਵੀਡੀਓ ਵੇਖਣ ਤੋਂ ਬਾਅਦ ਜਿਹੜੀਆਂ ਇਹ ਟਿੱਪਣੀਆਂ ਕੀਤੀਆਂ ਨੇ। ਇਹ ਟਿੱਪਣੀ ਕੀਤੀ ਆ ਦਿੱਲੀ ਹਾਈ ਕੋਰਟ ਨੇ ਕਿ ਤੁਸੀਂ 15 ਸਾਲਾਂ ਦੇ ਮੁੰਡੇ ਨੂੰ ਕੁੱਟਣ ਦੇ ਮਾਮਲੇ ਨੂੰ ਕਿਵੇਂ ਜਾਇਜ਼ ਠਹਿਰਾ ਸਕਦੇ ਹੋ। ਇਹ ਕਿਹਾ ਕਿ ਜੇ ਇਹ ਪੁਲਿਸ ਦੀ ਦਰਿੰਦਗੀ ਦਾ ਸਬੂਤ ਨਹੀਂ ਆ ਤੇ ਫਿਰ ਦਰਿੰਦਗੀ ਹੋਰ ਕਿਹਨੂੰ ਕਹਿੰਦੇ ਆ। ਬੈਂਚ ਨੇ ਇਹ ਵੀ ਕਿਹਾ ਕਿ ਜੇ ਵਰਦੀਧਾਰੀ ਜਿਹੜੇ ਲੋਕ ਨੇ ਇਸ ਤਰੀਕੇ ਦੇ ਨਾਲ ਕੰਮ ਕਰਨਗੇ ਤਾਂ ਇਹਦੇ ਨਾਲ ਜਿਹੜੇ ਸਿਟੀਜ਼ਨ ਨੇ ਉਹਨਾਂ ਦੇ ਵਿੱਚ ਡਰ ਪੈਦਾ ਹੋਊਗਾ, ਜਦਕਿ ਉਹਨਾਂ ਨੂੰ ਇਹ ਮਹਿਸੂਸ ਕਰਾਉਣ ਦੀ ਲੋੜ ਹੈ ਕਿ ਪੁਲਿਸ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਵਾਸਤੇ ਹੈ। ਬੈਂਚ ਨੇ ਇਹ ਵੀ ਟਿੱਪਣੀ ਕੀਤੀ ਆ ਕਿ ਪੁਲਿਸ ਨੂੰ ਦਰਸਾਉਣਾ ਪਊਗਾ ਕਿ ਉਹ ਲੋਕਾਂ ਦੇ ਨਾਲ ਹੈ, ਬੱਚਿਆਂ ਸਣੇ ਸਾਰੇ ਨਾਗਰਿਕ ਇਹ ਚਾਹੁੰਦੇ ਆ। ਘਟਨਾ ਦੀ ਜਿਹੜੀ CBI ਤੋਂ ਜਾਂਚ ਕਰਾਉਣ ਦੇ ਮਾਮਲੇ ਦੇ ਉੱਤੇ ਜਿਹੜਾ ਜੀ ਹਾਈ ਕੋਰਟ ਨੇ ਕੇਂਦਰ ਸਰਕਾਰ, ਦਿੱਲੀ ਦੀ ਸਰਕਾਰ ਤੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰਦਿਆਂ ਹੋਇਆ ਹਾਈ ਕੋਰਟ ਨੇ ਉਹਨਾਂ ਤੋਂ ਜਵਾਬ ਮੰਗਿਆ। ਬੈਂਚ ਨੇ ਜੁਆਇੰਟ ਕਮਿਸ਼ਨਰ ਪੁਲਿਸ ਰੈਂਕ ਦੇ ਅਧਿਕਾਰੀ ਤੋਂ ਘਟਨਾ ਦੇ ਸੰਬੰਧੀ ਨਿਰਪੱਖ ਰਿਪੋਰਟ ਹਫ਼ਤੇ ਦੇ ਅੰਦਰ ਮੰਗਦਿਆਂ ਕੇਸ ਦੀ ਸੁਣਵਾਈ 2 ਜੁਲਾਈ ਦੇ ਉੱਤੇ ਜਿਹੜੀ ਹੈਗੀ ਉਹ ਪਾਈ ਆ। ਦਿੱਲੀ ਜਿਹੜੀ ਪੁਲਿਸ ਦੇ ਵੱਲੋਂ ਪੇਸ਼ ਹੋਇਆ ਜਿਹੜਾ ਦਿੱਲੀ ਸਰਕਾਰ ਦਾ ਜਿਹੜਾ ਵਕੀਲ ਸੀਗਾ ਉਹਨੇ ਕਿਹਾ ਕਿ ਉਹ ਅਧਿਕਾਰੀਆਂ ਦੇ ਕਾਰੇ ਦਾ ਵਿਚਾਰ ਨਹੀਂ ਕਰ ਰਿਹਾ। ਉਹਨੇ ਇਹ ਕਿਹਾ ਕਿ ਦੋਵਾਂ ਧਿਰਾਂ ਦੇ ਵੱਲੋਂ ਇੱਕ ਦੂਜੇ ਦੇ ਖਿਲਾਫ਼ ਸ਼ਿਕਾਇਤਾਂ ਦੇ ਆਧਾਰ ਦੇ ਉੱਤੇ FIR ਦਰਜ ਜਿਹੜੀਆਂ ਜੀ ਕੀਤੀਆਂ ਗਈਆਂ ਨੇ ਤੇ ਉਹਨਾਂ ਨੂੰ ਜਾਂਚ ਲਈ ਕ੍ਰਾਈਮ ਬ੍ਰਾਂਚ ਦੇ ਕੋਲੇ ਜਿਹੜਾ ਜੀ ਉਹ ਭੇਜਿਆ ਗਿਆ।
ਉਹਨੇ ਅਦਾਲਤ ਨੂੰ ਇਹ ਵੀ ਕਿਹਾ ਕਿ ਵੀਡੀਓ ਤੋਂ ਪਛਾਣੇ ਗਏ ਜਿਹੜੇ ਤਿੰਨ ਅਧਿਕਾਰੀ ਨੇ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਜਿਹੜਾ ਜੀ ਉਹ ਗਿਆ। ਉੱਧਰ ਇਹ ਮਾਮਲਾ ਜਿਹੜਾ ਜੀ ਇਹ ਜਿਹੜਾ ਮੈਨੋਰਿਟੀ ਕਮਿਸ਼ਨ ਹੈ ਉਹਦੇ ਕੋਲੇ ਵੀ ਜਿਹੜਾ ਜੀ ਉਹ ਪਹੁੰਚ ਗਿਆ ਔਰ ਇਸ ਮਾਮਲੇ ਦੇ ਉੱਤੇ ਅੱਜ ਮੈਨੋਰਿਟੀ ਕਮਿਸ਼ਨ ਜਿਹੜੀ ਹੈ ਜੀ ਆਪਣੀ ਮੀਟਿੰਗ ਕਰੂਗਾ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਲੋਕਾਂ ਨੂੰ ਜਿਹੜੇ ਵੱਡੇ ਵੱਡੇ ਬਿੱਲ ਆ ਰਹੇ ਆ ਬਿਜਲੀ ਦੇ, ਪਰ ਜਿਹੜੀਆਂ ਰਿਹਾਇਸ਼ੀ ਸਰਕਾਰ ਦੀਆਂ ਰਿਹਾਇਸ਼ਾਂ ਆ ਉਹਨਾਂ ਦੇ ਵਿੱਚ ਕਹਿੰਦੇ ਬਿਜਲੀ ਖਪਤ ਹੀ ਨਹੀਂ ਹੋ ਰਹੀ। ਬਿਲਕੁਲ ਜੀ, ਐਕਚੁਲੀ ਜੇ ਤੁਸੀਂ ਨਿਗਾਹ ਮਾਰੋ ਕਿਸੇ ਜਗ੍ਹਾ ਦੇ ਉੱਤੇ ਤੁਹਾਨੂੰ ਜਿਹੜਾ ਜੀ ਉਹ ਏਸੀ ਉੱਭੇ ਹੋਏ ਦਿੰਦੇ ਆ, ਕਿਉਂਕਿ ਇੱਕ ਇੱਕ ਬਿਲਡਿੰਗ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਕਿੰਨੇ ਜਿਹੜੇ ਜੀ ਉਹ ਏਸੀ ਚੱਲ ਰਹੇ, ਉਹਦੇ ਨੇੜੇ ਦੀ ਲੰਘਣਾ ਔਖਾ, ਤੇ ਉੱਥੇ ਉਹ ਤੱਤੀ ਹਵਾ ਇੰਨੀ ਕੁ ਜਿਹੜੀ ਏਸੀ ਆ ਉਹ ਸੁੱਟਦੇ ਆ। ਪਰ ਬਿੱਲ ਦੇ ਜੇ ਗੱਲ ਕਰੀਏ ਤੇ ਬਿੱਲ ਦੇ ਨਾਂ ਦੇ ਉੱਤੇ ਤੇ ਨਾ ਮਾਤਰ ਉਹਨਾਂ ਦੇ ਬਿੱਲ ਜਿਹੜੇ ਦੀ ਉਹ ਆ ਰਹੇ ਆ, ਫਿਰ ਬਿਜਲੀ ਕਿੱਥੋਂ ਆ ਰਹੀ ਆ, ਇਹ ਜਿਹੜਾ ਉਹ ਸਵਾਲ ਚੱਲਦਾ ਆਉਂਦਾ। ਆਪਾਂ ਪਿਛਲੇ ਦਿਨਾਂ ਤੋਂ ਲਗਾਤਾਰ ਜਿਹੜੀ ਉਹ ਗੱਲ ਕੀਤੀ ਹੈ ਕਿ ਕਿੰਨਾ ਘਾਟਾ ਬਿਜਲੀ ਬੋਰਡ ਨੂੰ 800 ਕਰੋੜ ਰੁਪਈਏ ਦਾ ਸਾਲਾਨਾ ਜਿਹੜਾ ਜੀ ਉਹ ਪੈ ਰਿਹਾ। ਇਹ ਅਫਸਰ ਨੇ ਜਿਹੜੇ ਦੀ ਬਿਜਲੀ ਦੇ ਬਿੱਲ ਹੀ ਨਹੀਂ ਤਾਰਦੇ, ਜਿਹੜੇ ਡਿਸਟ੍ਰਿਕਟ ਦੇ ਮਾਲਕਾਂ ਵੱਲ ਝਾਕਣ ਦੀ ਹਿੰਮਤ ਪਾਵਰਕੌਮ ਦੇ ਅਫਸਰਾਂ ਦੇ ਵਿੱਚ ਹੈ ਨਹੀਂ ਜੀ। ਚੰਡੀਗੜ੍ਹ ਦੇ ਨਾਲ ਰੋਪੜ ਦੇ ਡਿਪਟੀ ਕਮਿਸ਼ਨਰ ਦੀ ਜਿਹੜੀ ਸਰਕਾਰੀ ਕੋਠੀ ਆ ਉਹਦੇ ਵਿੱਚ ਬਿਜਲੀ ਖਪਤ ਜ਼ੀਰੋ ਆ ਜੀ, ਜ਼ੀਰੋ ਯੂਨਿਟ ਹੈ, ਚਾਹੇ ਗਰਮੀ ਆ ਚਾਹੇ ਸਰਦੀ ਆ, ਉੱਥੇ ਕੋਈ ਬਿਜਲੀ ਖਪਤ ਜਿਹੜੀ ਜੀ ਉਹ ਨਹੀਂ ਹੁੰਦੀ। ਰੋਪੜ ਦੇ SSP ਦੀ ਕੋਠੀ ਦੇ ਵਿੱਚ ਬਿਜਲੀ ਖਪਤ ਜਿਹੜੀ ਉੱਥੇ ਵੀ ਜ਼ੀਰੋ ਆ। ਰੋਪੜ ਦੇ SP ਦੇ ਨਾਂ ਦੇ ਉੱਤੇ ਜਿਹੜਾ ਜੀ ਉਹ ਬਿੱਲ ਆਉਂਦਾ ਉਸ ਬਿੱਲ ਦਾ ਬਕਾਇਆ ਕਰੀਬ 1,46,000 ਤਾਰਿਆ ਹੀ ਨਹੀਂ ਜਿਹੜਾ ਜੀ ਉਹ ਗਿਆ। SSP ਗੁਰਦਾਸਪੁਰ ਦੀ ਰਿਹਾਇਸ਼ ਹੈ, ਉੱਥੇ 4 ਮੀਟਰ ਲੱਗੇ ਹੋਏ ਆ, ਇਹਨਾਂ ਦੇ ਵਿੱਚੋਂ 1 ਮੀਟਰ ਦੀ ਬਿਜਲੀ ਖਪਤ ਜ਼ੀਰੋ ਯੂਨਿਟ ਤੋਂ ਟੱਪੀ ਨਹੀਂ, ਜਦੋਂ ਕਿ ਦੂਜੇ ਮੀਟਰ ਦੀ 61 ਦਿਨਾਂ ਦੀ ਖਪਤ ਜਿਹੜੀ ਆ ਜੀ ਉਹ 66 ਯੂਨਿਟ ਆ। ਮਤਲਬ ਕਿ ਇੰਨੇ ਸਿਆਣੇ ਨੇ ਅਫਸਰ, ਤਕਰੀਬਨ 1 ਯੂਨਿਟ 1 ਦਿਨ ਦਾ ਮਸੀ ਫੂਕਣ ਦਿੰਦੇ ਆ ਜੀ। ਤੀਜੇ ਮੀਟਰ ਦੀ ਜਿਹੜੀ ਸੂਈ ਆ ਉਹ ਵੀ ਜ਼ੀਰੋ ਦੇ ਉੱਤੇ ਰੁਕੀ ਹੋਈ ਆ। ਤਰਨ ਤਾਰਨ ਦੇ SSP ਜਿਹੜੇ ਜਿਹਦੀ ਰਿਹਾਇਸ਼ ਪਾਵਰ ਕਲੋਨੀ ਦੇ ਵਿੱਚ ਆ, ਉਹਦਾ 64 ਦਿਨਾਂ ਦਾ ਬਿਜਲੀ ਦੀ ਜਿਹੜੀ ਖਪਤ ਹੈ 3 ਅਪ੍ਰੈਲ ਤੋਂ 6 ਜੂਨ ਤੱਕ ਸਿਰਫ 12 ਯੂਨਿਟ ਉਹਨੇ ਖਰਚੇ ਜੀ, ਇੰਨੀ ਬਚਾ ਕੇ ਉਹ ਬਿਜਲੀ ਖਰਚ ਰਿਹਾ। ਔਰ ਹੁਸ਼ਿਆਰਪੁਰ ਦਾ ਜਿਹੜਾ SSP ਆ ਮਾਲ ਰੋਡ ਦੇ ਉੱਤੇ ਇਹਨਾਂ ਦਾ ਘਰ ਹੈ, ਉੱਥੇ 23 ਫਰਵਰੀ ਤੋਂ 27 ਫਰਵਰੀ ਤੱਕ 63 ਦਿਨਾਂ ਦਾ ਬਿੱਲ ਜਿਹੜਾ ਜੀ ਆਇਆ ਉਹਨੇ ਸਿਰਫ 74 ਯੂਨਿਟਾਂ ਜਿਹੜੀਆਂ ਜੀ ਉਹ ਖਰਚੀਆਂ ਨੇ। ਔਰ ਉਹਦੀ ਰਿਹਾਇਸ਼ ਵਿਚਲੇ ਦੂਜੇ ਕਨੈਕਸ਼ਨ ਦੀ ਬਿਜਲੀ ਖਪਤ 120 ਦਿਨਾਂ ਦੀ ਜਿਹੜੀ ਜੀ ਉਹ ਜ਼ਰੂਰ 7200 ਤੇ 21 ਯੂਨਿਟ ਜਿਹੜੇ ਹੈਗੇ ਨੇ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ ਬਿੱਲ ਆਇਆ ਇਹਦਾ ਬਿੱਲ ਖਜ਼ਾਨੇ ਦੇ ਵਿੱਚੋਂ ਭਰਿਆ ਜਾਂਦਾ, ਤਾਂ ਕਰਕੇ ਇਹ ਮੀਟਰ ਚੱਲਦਾ ਰੱਖਿਆ ਗਿਆ। ਕਮਿਸ਼ਨਰ ਜਲੰਧਰ ਦੀ ਰਿਹਾਇਸ਼ ਜਿਹੜੀ ਆ ਜੀ ਉਹਦਾ ਜਿਹੜਾ ਬਿੱਲ ਹੈ 8 ਅਪ੍ਰੈਲ ਤੋਂ 7 ਜੂਨ ਤੱਕ ਇਹ ਰੋਜ਼ 4 ਯੂਨਿਟ ਸਿਰਫ ਖਰਚਿਆ ਜੀ ਉਹਨੇ। ਸੰਗਰੂਰ ਦੇ ਡਿਪਟੀ ਕਮਿਸ਼ਨਰ ਦਾ ਤਾਜ਼ਾ ਜਿਹੜਾ ਬਿੱਲ ਆਇਆ ਉਹ 32 ਦਿਨਾਂ ਦੀ ਬਿਜਲੀ ਦੀ ਖਪਤ ਜਿਹੜੀ ਆ ਜੀ ਉਹ 86 ਯੂਨਿਟ ਆ ਸਿਰਫ। ਇਸੇ ਤਰ੍ਹਾਂ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਦਾ ਜਿਹੜਾ ਤਾਜ਼ਾ ਬਿੱਲ ਹੈ ਜੀ ਉਹ 63 ਦਿਨਾਂ ਦੀ ਬਿਜਲੀ ਦੀ ਖਪਤ 118 ਯੂਨਿਟ ਜਿਹੜੀ ਆ ਜੀ ਉਹ ਰਹੀ ਆ। ਇਹੀ ਹਾਲ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਾ, ਜਿਹਨਾਂ ਦਾ ਇੱਕ ਬਿੱਲ 13,56,000 ਰੁਪਈਏ ਔਰ ਦੂਜਾ ਮੀਟਰ ਦਾ ਬਿੱਲ 1,62,000 ਰੁਪਈਏ ਸਾਲਾਂ ਦਾ ਖੜਾ। SSP ਅੰਮ੍ਰਿਤਸਰ ਦੇ ਨਾਂ ਦੇ ਉੱਤੇ ਜਿਹੜਾ ਕਨੈਕਸ਼ਨ ਚੱਲਦਾ ਹੈ ਉਹ 4,87,000 ਉਹਦਾ ਬਕਾਇਆ ਜਿਹੜਾ ਜੀ ਉਹ ਖੜਾ। ਅਫਸਰਾਂ ਨੂੰ ਆਪਣੇ ਘਰਾਂ ਦਾ ਬਿਜਲੀ ਦਾ ਬਿੱਲ ਜੇਬ ਚੋਂ ਉਤਾਰਨਾ ਪੈਂਦਾ, ਇਸ ਕਰਕੇ ਉਹਨਾਂ ਦੇ ਮੀਟਰ ਜਿਹੜੇ ਜੀ ਉਹ ਨਹੀਂ ਚੱਲਦੇ, ਉਹ ਜ਼ੀਰੋ ਦੇ ਉੱਤੇ ਖੜੇ ਨੇ। ਜਦੋਂ ਕਿ ਜਿਹੜੇ ਜਿੱਥੇ ਸਰਕਾਰ ਨੇ ਬਿੱਲ ਦੇਣੇ ਆ ਉਹਨਾਂ ਨੂੰ ਪੂਰੇ ਜਿਹੜੇ ਜੀ ਉਹ ਕਮਾਈ ਜਾ ਰਹੇ ਨੇ। ਜਿੱਥੇ ਤੁਸੀਂ ਤੇ ਬਿਜਲੀ ਬੋਰਡ ਦੇ ਦਫ਼ਤਰ ਦੇ ਵਿੱਚ ਬਿੱਲ ਦੇਣ ਜਾਓ ਤੇ ਉੱਥੇ ਮੋਟਾ ਮੋਟਾ ਜਿਹੜੀ ਵਿੰਡੋ ਆ ਉਹਦੇ ਉੱਤੇ ਲਿਖਿਆ ਹੋਇਆ ਕਿ ਆਪਣੇ ਬਿਜਲੀ ਦਾ ਬਿੱਲ ਜੇ ਤੁਸੀਂ ਕਿਸ਼ਤਾਂ ਦੇ ਵਿੱਚ ਕਰਾਉਣਾ ਤੇ ਫਲਾਂ ਅਫਸਰ ਨੂੰ ਜਾ ਕੇ ਜਿਹੜਾ ਜੀ ਉਹ ਮਿਲ ਲਓ। ਜਿੱਥੇ ਆਮ ਲੋਕ ਬਿਜਲੀ ਦੇ ਬਿੱਲ ਕਿਸ਼ਤਾਂ ਦੇ ਵਿੱਚ ਭਰ ਰਹੇ ਆ, ਕਿਉਂਕਿ ਜਿੱਥੇ ਕਿਸੇ ਦੇ ਇੱਕ ਪੱਖਾ ਇੱਕ ਜਿਹੜੀ ਦੀ ਟਿਊਬ ਲੱਗੀ ਆ ਉਹਨਾਂ ਦਾ ਬਿੱਲ ਵੀ 5,000-5,000 ਰੁਪਈਆ 6,000-6,000 ਰੁਪਈਆ ਆ ਰਿਹਾ, ਉਹ ਲੋਕਾਂ ਦੇ ਸਿਰ ਜਿਹੜਾ ਦੀ ਉਹ ਪਈ ਜਾ ਰਿਹਾ। ਜਦੋਂ ਕਿ ਇਹ ਜਿਹੜੇ ਅਫਸਰ ਨੇ ਕਿੰਨੇ ਕਿੰਨੇ AC ਕਿੰਨੀਆਂ ਕਿੰਨੀ ਬਿਜਲੀ ਜਿਹੜੀ ਉਹਨਾਂ ਦੀ ਚੱਲਦੀ ਆ, ਪਰ ਉਹਨਾਂ ਦੇ ਮੀਟਰ ਐਸੇ ਢੀਠ ਆ ਜੀ ਉਹ 1 ਯੂਨਿਟ ਤੋਂ ਅੱਗੇ ਚੱਲਦੇ ਹੀ ਨਹੀਂ। ਇਹ ਜੀ ਇੰਡੀਆ ਆ। ਤੇ ਅੱਗੇ ਗੱਲ ਕਰਦੇ ਆ ਨਾ ਪੰਜਾਬ ਪੁਲਿਸ ਦੀ, ਸਪੈਸ਼ਲੀ ਜੇ ਕਰੀਏ ਤੇ ਜਲੰਧਰ ਦੇ ਵਿੱਚ ਇੱਕ ਹੋਰ ਨੌਜਵਾਨ ਪੁਲਿਸ ਨੇ ਗਾਇਬ ਕੀਤਾ। ਇਹਦੀ ਨੰਗਲ ਸਲੀਮ ਦਾ ਆ, ਰਾਜ ਕੁਮਾਰ ਉਰਫ ਰਾਜੂ 34 ਸਾਲਾਂ ਦਾ ਹੈ। ਵੈਸੇ 1 ਮਹੀਨਾ ਹੋ ਗਿਆ ਜਸਪਾਲ ਵਾਲੇ ਮਾਮਲੇ ਨੂੰ ਜੀ। ਉਸ ਮਾਮਲੇ ਦੇ ਵਿੱਚ ਅਜੇ ਤੱਕ ਇਹ ਹੀ ਨਹੀਂ ਪਤਾ ਜਿਹੜਾ ਜੀ ਲੱਗ ਸਕਿਆ ਕਿ ਉਹਨੂੰ ਪੁਲਿਸ ਨੇ ਚੁੱਕਿਆ ਕਿਉਂ ਤੇ ਉਹਦੀ ਉਹਨੇ ਸੂਸਾਈਡ ਜਿਹੜਾ ਪੁਲਿਸ ਕਹਿੰਦੀ ਆ ਉਹ ਕਿਉਂ ਕੀਤਾ।
ਤੇ ਇੰਸਪੈਕਟਰ ਨੇ ਬਾਅਦ ਦੇ ਵਿੱਚ ਜਿਹੜਾ ਜਿਹਨੂੰ ਕਿਹਾ ਜਾ ਰਿਹਾ ਕਿ ਸੁਸਾਈਡ ਸੀਗਾ ਉਹ ਕਿਉਂ ਕੀਤਾ, ਇਹ ਭੇਦ ਬਰਕਰਾਰ ਹੈ। ਇਹ ਹੋਰ ਜਿਹੜਾ ਦੀ ਚਰਚਾ ਦੇ ਵਿੱਚ ਇਹ ਆ ਗਿਆ ਕਿ 34 ਸਾਲਾ ਰਾਜਕੁਮਾਰ ਜਿਹੜਾ ਰਾਜੂ ਆ ਉਹਨੂੰ ਪਿੰਡ ਦੇ ਸਰਪੰਚ ਤੇ ਕੁਛ ਲੋਕਾਂ ਦੀ ਹਾਜ਼ਰੀ ਦੇ ਵਿੱਚ ਥਾਣਾ ਮਕਸੂਦਾਂ ਪੁਲਿਸ ਦੇ ਕੋਲੇ ਪੇਸ਼ ਕੀਤਾ ਸੀਗਾ। ਪੁਲਿਸ ਨੇ ਪਿੰਡ ਵਾਲਿਆਂ ਨੂੰ ਕਿਹਾ ਸੀਗਾ ਕਿ ਉਹ 3 ਵਜੇ ਆ ਕੇ ਉਹਨੂੰ ਲੈ ਜਾਣ। 3 ਵਜੇ ਦੇ ਕਰੀਬ ਜਦੋਂ ਪਿੰਡ ਵਾਲੇ ਇਹਨੂੰ ਲੈਣ ਥਾਣੇ ਪਹੁੰਚੇ ਤਾਂ ਉਹ ਕਹਿੰਦੇ ਕਿ 5 ਵਜੇ ਆਇਆ ਕਿਉਂਕਿ ਥਾਣੇਦਾਰ ਹੈ ਨੀਗਾ, ਜਿਸ ਕਰਕੇ ਰਾਜੂ ਕੋਲੋਂ ਪੁੱਛਗਿੱਛ ਜਿਹੜੀ ਵੀ ਉਹ ਨਹੀਂ ਹੋ ਸਕੀ। ਜਦੋਂ ਇਹ 5 ਵਜੇ ਗਏ ਤਾਂ ਥਾਣੇ ਦੀ ਪੁਲਿਸ ਸੀ, ਪਹਿਲਾਂ ਤਾਂ ਉਹਨਾਂ ਦੇ ਕੋਲੋਂ ਰਾਜੂ ਦੀ ਜਿਹੜੀ ਪੁਰਦਗੀ ਸੀ ਉਹਦੇ ਕਾਗਜ਼ਾਂ ਦੇ ਉੱਤੇ ਸਾਈਨ ਕਰਾ ਲਏ ਤੇ ਬਾਅਦ ਦੇ ਵਿੱਚ ਇਹ ਕਹਿਤਾ ਕਿ ਉਹ ਪੁਲਿਸ ਹਿਰਾਸਤ ਦੇ ਵਿੱਚੋਂ ਭੱਜ ਗਿਆ। ਹੁਣ ਜਿਹੜਾ ਜੀ ਇਹ ਪਿੰਡ ਵਾਲੇ ਆ ਉਹ ਕਹਿੰਦੇ ਆ ਕਿ 4 ਮੁਲਾਜ਼ਮ ਜਿਹੜੇ ਸੀਗੇ ਉਹ ਪਿੰਡ ਆਏ ਤੇ ਇਹ ਕਿਹਾ ਕਿ ਜਿਹੜਾ ਰਾਜ ਕੁਮਾਰ ਰਾਜੂ ਆ ਉਹਨੂੰ ਪੁੱਛ ਪੜਤਾਲ ਦੇ ਵਾਸਤੇ ਥਾਣੇ ਸੱਦਿਆ ਗਿਆ। ਪਿੰਡ ਦੇ ਸਰਪੰਚ ਨੇ ਇਹ ਕਿਹਾ ਕਿ ਰਾਜੂ ਜਿਹੜਾ ਜੀ ਉਹ ਘਰੇ ਨੀ ਹੈਗਾ, ਜਦੋਂ ਉਹ ਆਉਂਦਾ ਆ ਤੇ ਉਹ ਆਪ ਉਹਨੂੰ ਥਾਣੇ ਲੈ ਕੇ ਜਿਹੜਾ ਜੀ ਉਹ ਆਜੂਗਾ। ਸਰਪੰਚ ਤੇ ਪਿੰਡ ਦੇ ਜਿਹੜੇ ਲੋਕ ਸੀਗੇ ਜੀ ਉਹਨੂੰ ਥਾਣੇ ਮਕਸੂਦਾਂ ਦੇ ਵਿੱਚ ਪੁਲਿਸ ਦੇ ਹਵਾਲੇ ਕੀਤਾ। ਜਿਹੜੀ ਭੱਜ ਜਾਣ ਵਾਲੀ ਗੱਲ ਆ ਹੁਣ ਉਹ ਇਹਨਾਂ ਲੋਕਾਂ ਨੂੰ ਹਜ਼ਮ ਨੀ ਜਿਹੜਾ ਜੀ ਉਹ ਹੋ ਰਹੀ ਤੇ ਉਹ ਕਿਵੇਂ ਇੱਥੋਂ ਜਿਹੜਾ ਜੀ ਭੱਜ ਗਿਆ। ਉਹ ਕਹਿੰਦੇ ਆ ਕਿ ਪੁਲਿਸ ਨੇ ਉਹਨੂੰ ਕਿਤੇ ਗਾਇਬ ਕਰ ਦਿੱਤਾ ਜੀ। ਜਿਹੜਾ ਪਿੰਡ ਦੇ ਵਿੱਚ ਜਦੋਂ ਇਹ ਗੱਲ ਪਹੁੰਚੀ ਤਾਂ ਜਿਹੜੇ ਕੁਛ ਬੰਦੇ ਗਏ ਸੀ ਉਹਨਾਂ ਨੇ ਗਾਹ ਦੱਸਤਾ ਤੇ ਲੋਕ ਜਿਹੜੇ ਸੀ ਵੱਡੀ ਗਿਣਤੀ ਦੇ ਵਿੱਚ ਥਾਣੇ ਦੇ ਬਾਹਰ ਜਿਹੜਾ ਜੀ ਆ ਗਏ ਔਰ ਗੁੱਸੇ ਦੇ ਵਿੱਚ ਜਿਹੜੇ ਆਏ ਲੋਕ ਸੀ ਉਹਨਾਂ ਨੇ ਥਾਣਾ ਮਕਸੂਦਾਂ ਦੇ ਬਾਹਰ ਸੜਕ ਦੇ ਉੱਤੇ ਧਰਨਾ ਲਾ ਦਿੱਤਾ। ਆਵਾਜਾਈ ਜਿਹੜੀ ਜੀ ਉਹ ਰੁਕ ਗਈ, ਉੱਥੇ ਪੁਲਿਸ ਦੇ ਉੱਚ ਅਧਿਕਾਰੀ ਵੀ ਜਿਹੜਾ ਜੀ ਉਹ ਪਹੁੰਚੇ, ਪਰ ਪੁਲਿਸ ਵਾਲੇ ਇਹ ਨੀ ਦੱਸ ਰਹੇ ਕਿ ਰਾਜਕੁਮਾਰ ਰਾਜੂ ਜਿਹੜਾ ਸੀਗਾ ਜੀ ਉਹ ਗਿਆ ਕਿੱਥੇ, ਉਹਨੂੰ ਕਾਹਦੇ ਵਾਸਤੇ ਸੱਦਿਆ ਸੀਗਾ, ਕੀ ਹੋਇਆ ਕੀ ਨਹੀਂ ਹੋਇਆ। ਇਹ ਜਿਹੜੀਆਂ ਘਟਨਾਵਾਂ ਨੇ ਪੁਲਿਸ ਦੇ ਤਸ਼ੱਦਦ ਦੀਆਂ ਇਹ ਡੇ ਬਾਈ ਡੇ ਉਸੇ ਤਰੀਕੇ ਦੇ ਨਾਲ ਜਾਰੀ ਨੇ। ਹੈਰਾਨੀ ਵਾਲੀ ਗੱਲ ਇਹ ਆ ਕਿ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਨੀ ਕੁਛ ਸਿੱਖ ਰਹੇ, ਜਾਂ ਸਰਕਾਰ ਦੇ ਕੰਨਾਂ ਤੱਕ ਜਿਹੜੀ ਹੈ ਜੀ ਉਹ ਜੂੰ ਹੀ ਨਹੀਂ ਸਰਕ ਰਹੀ, ਜਾਂ ਸਰਕਾਰ ਦਾ ਕੰਟਰੋਲ ਜਿਹੜਾ ਜੀ ਉਹ ਪੁਲਿਸ ਤੋਂ ਖਤਮ ਹੋ ਗਿਆ ਹੈ ਔਰ ਉਹਨੂੰ ਪਤਾ ਹੈ ਕਿ ਸਾਨੂੰ ਕੋਈ ਪੁੱਛਣ ਦੱਸਣ ਵਾਲਾ ਜਿਹੜਾ ਜੀ ਉਹ ਨਹੀਂ ਹੈਗਾ। ਤਾਂ ਹੀ ਰੋਜ਼ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਤੁਰੀਆਂ ਜਾ ਰਹੀਆਂ ਨੇ ਔਰ ਇਹਨਾਂ ਦੇ ਵਿੱਚ ਖੜੋਤ ਜਿਹੜੀ ਜੀ ਆਉਣ ਦੀ ਬਜਾਏ ਡੇ ਬਾਈ ਡੇ ਕੋਈ ਨਾ ਕੋਈ ਨਵੀਂ ਕਹਾਣੀ ਸਾਹਮਣੇ ਆ ਜਾਂਦੀ। ਬਿਲਕੁਲ ਜੀ, ਲੋਕਾਂ ਨੂੰ ਥੋੜਾ ਜਿਹਾ ਸਖ਼ਤ ਸਟੈਂਡ ਜ਼ਰੂਰ ਲੈਣਾ ਪਊਗਾ। ਤੇ ਅੱਗੇ ਗੱਲ ਕਰਦੇ ਹਾਂ ਕਿ ਵੋਟਾਂ ਮੁੱਕਣ ਤੋਂ ਬਾਅਦ ਹੀ ਜਿਹੜੇ ਕਿਸਾਨ ਆ, ਕਰਜ਼ਈ ਕਿਸਾਨ ਆ, ਉਹਨਾਂ ਨੂੰ ਜੇਲ੍ਹ ਭੇਜਣਾ ਸ਼ੁਰੂ ਕੀਤਾ ਬੈਂਕਾਂ ਨੇ। ਕਿਉਂਕਿ ਵਾਅਦੇ ਤਾਂ ਬਹੁਤ ਜਿਹੜੇ ਜੀ ਉਹ ਕਿਸਾਨਾਂ ਦੇ ਨਾਲ ਕੀਤੇ ਜਾਂਦੇ, ਪਰ ਕੀਤੇ ਜਾਂਦੇ ਆ ਉਦੋਂ ਜਦੋਂ ਵੋਟਾਂ ਹੁੰਦੀਆਂ ਨੇ। ਫਿਰ ਤੂੰ ਕੌਣ ਤੇ ਮੈਂ ਕੌਣ ਜਿਹੜਾ ਜੀ ਉਹ ਕਹਾਣੀ ਸ਼ੁਰੂ ਹੋ ਜਾਂਦੀ ਆ। ਲੋਕ ਸਭਾ ਦੀਆਂ ਚੋਣਾਂ ਨਿਬੜ ਗਈਆਂ ਨੇ, ਹੁਣ ਪੰਜਾਬ ਦੇ ਵਿੱਚ ਜਿਹੜੇ ਕਰਜ਼ਈ ਕਿਸਾਨ ਹੈ ਉਹਨਾਂ ਨੂੰ ਜੇਲ੍ਹਾਂ ਭੇਜਣ ਦੀ ਕਾਰਵਾਈ ਜਿਹੜੀ ਜੀ ਉਹ ਸ਼ੁਰੂ ਹੋ ਗਈ ਆ। ਖੇਤੀ ਵਿਕਾਸ ਬੈਂਕਾਂ ਨੇ 65 ਕਿਸਾਨਾਂ ਦੇ ਗ੍ਰਿਫਤਾਰੀ ਵਾਰੰਟ ਜਿਹੜੇ ਆ ਜੀ ਉਹ ਤਿਆਰ ਕਰਾ ਲਏ ਆ। ਇਹਨਾਂ ਨੂੰ ਫੜਨ ਦਾ ਸਿਲਸਿਲਾ ਆਉਂਦੇ ਦਿਨਾਂ ਦੇ ਵਿੱਚ ਤੇਜ਼ ਹੋਊਗਾ। ਗੁਰੂ ਹਰ ਸਹਾਏ ਬੈਂਕ ਦੇ ਜਿਹੜੇ ਪ੍ਰਬੰਧਕ ਨੇ ਉਹ ਕਹਿੰਦੇ ਨੇ ਕਿ 2 ਕਰਜ਼ਈ ਕਿਸਾਨਾਂ ਨੂੰ ਫਿਰੋਜ਼ਪੁਰ ਜੇਲ੍ਹ ਭੇਜਤਾ। ਇਸ ਤੋਂ ਬਾਅਦ ਕਰਜ਼ਈ ਕਿਸਾਨਾਂ ਦੇ ਵਿੱਚ ਜਿਹੜਾ ਜੀ ਇਸ ਵੇਲੇ ਭਗਦੜ ਮਚੀ ਹੋਈ ਆ ਕਿ ਕਿੰਨੇ ਕਿਸਾਨ ਜਿਹੜੇ ਨੇ ਉਹ ਜੇਲ੍ਹ ਦੇ ਡਰੋਂ ਰੂਪੋਸ਼ ਹੋ ਗਏ ਆ। ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀਗਾ ਕਿ ਕਿਸੇ ਵੀ ਕਰਜ਼ਾ ਦੇਣ ਵਾਲੇ ਕਿਸਾਨ ਨੂੰ ਜੇਲ੍ਹ ਨਹੀਂ ਭੇਜਿਆ ਜਾਊਗਾ। ਖੇਤੀ ਵਿਕਾਸ ਬੈਂਕ ਜਿਹੜੇ ਹੈ ਗੁਰੂ ਹਰ ਸਾਹਿਬ ਉਹਨੇ 2 ਜਿਹੜੇ ਨੇ ਉਹਨਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰਕੇ ਉਹਨਾਂ ਨੂੰ ਭੇਜਿਆ, ਜਦੋਂ ਕਿ ਬਾਕੀ ਜਿਹੜੇ ਨੇ ਉਹਨਾਂ ਦੇ ਘਰਾਂ ਦੇ ਉੱਤੇ ਛਾਪੇਮਾਰੀ ਜਿਹੜੀ ਹੈ ਉਹ ਸ਼ੁਰੂ ਹੋ ਗਈ ਆ। ਇਸ ਬੈਂਕ ਦੇ ਵੱਲੋਂ 50 ਵੱਡੇ ਡਿਫਾਲਟਰ ਕਿਸਾਨਾਂ ਦੀ ਸੂਚੀ ਜਿਹੜੀ ਤਿਆਰ ਕੀਤੀ ਗਈ ਆ ਔਰ ਇਹਨਾਂ ਦੇ ਗ੍ਰਿਫਤਾਰੀ ਦੇ ਵਾਰੰਟ ਵੀ ਹਾਸਲ ਕਰ ਲਏ ਆ। ਇੱਕ ਜਿਹੜਾ ਕਿਸਾਨ ਹੈ ਸੰਤਾ ਸਿੰਘ ਉਹਨੇ 3 ਕਰਜ਼ੇ ਲਏ ਆ ਤੇ ਉਹ 19,80,000 ਰੁਪਏ ਦਾ ਡਿਫਾਲਟਰ ਹੈ। ਹਾਊਸ ਲੋਨ ਦੇ ਤਹਿਤ ਉਹਨੂੰ ਗ੍ਰਿਫਤਾਰ ਕੀਤਾ ਗਿਆ। ਇਸੇ ਤਰ੍ਹਾਂ ਇੱਕ ਕਿਸਾਨ ਹੈ ਬੱਬੂ ਸਿੰਘ ਜੀ ਨੇ 23 ਲੱਖ ਦਾ ਕਰਜ਼ਾ ਲਿਆ, ਉਹਨੂੰ 9,72,000 ਦਾ ਡਿਫਾਲਟਰ ਜਿਹੜਾ ਜੀ ਉਹ ਕਰਾਰ ਦਿੱਤਾ ਗਿਆ। ਜਿਹੜੇ ਬੈਂਕਾਂ ਦੀ ਵਸੂਲੀ ਦਰ ਹੈ ਇਹ ਕਿਹਾ ਜਾ ਰਿਹਾ ਕਿ ਪਿਛਲੇ ਸਾਲ ਦੀ 17% ਦੇ ਮੁਕਾਬਲੇ 11% ਰਹਿ ਗਈ ਹੈ ਤੇ 50 ਵੱਡੇ ਕਿਸਾਨਾਂ ਦੇ ਗ੍ਰਿਫਤਾਰੀ ਦੇ ਵਾਰੰਟ ਜਿਹੜੇ ਆ ਜੀ ਉਹ ਜਾਰੀ ਕੀਤੇ ਗਏ ਆ। 5 ਏਕੜ ਤੱਕ ਦੀ ਜ਼ਮੀਨ ਵਾਲੇ ਕਿਸਾਨਾਂ ਨੂੰ ਗ੍ਰਿਫਤਾਰ ਨਾ ਕਰਨ ਬਾਰੇ ਸਰਕਾਰ ਨੇ ਸਪਸ਼ਟ ਜਿਹੜਾ ਜੀ ਉਹ ਕਿਹਾ ਸੀਗਾ। ਇਹ ਕਿਹਾ ਜਾ ਰਿਹਾ ਕਿ ਜਦੋਂ ਚੋਣਾਂ ਸੀਗੀਆਂ ਅਸਲ ਕਿਸਾਨ ਜਿਹੜੇ ਜੀ ਉਹ ਫਸੇ ਕਦੋਂ ਆ, ਚੋਣਾਂ ਦੇ ਮੌਕੇ ਜਿਹੜਾ ਸੀਗਾ ਜੀ ਇਹ ਕਿਹਾ ਗਿਆ ਸੀਗਾ, ਅਜੇ ਵੀ ਉਹ ਵੀਡੀਓ ਘੁੰਮਦੀ ਆ, ਕਿ ਜਿੰਨਾ ਤੁਸੀਂ ਕਰਜ਼ਾ ਲਿਆ ਸਰਕਾਰੀ ਬੈਂਕਾਂ ਤੋਂ ਲਿਆ, ਪ੍ਰਾਈਵੇਟ ਬੈਂਕਾਂ ਤੋਂ ਲਿਆ, RPO ਤੋਂ ਲਿਆ, ਗਵਾਂਢ ਚੋਂ ਫੜੇ ਆ, ਸਾਰੇ ਪੈਸੇ ਜਿਹੜੇ ਦੀ ਉਹ ਸਰਕਾਰ ਦੇਊਗੀ। ਲੋਕਾਂ ਨੇ ਇਹ ਗੱਲ ਸਮਝੀ ਹੋਈ ਨਾ ਕਿ ਇਹ ਲਾਰੇ ਆ, ਇਹ ਲਾਰਿਆਂ ਤੋਂ ਬਿਨਾਂ ਕੁਛ ਨਹੀਂ। ਉਹਨਾਂ ਨੇ ਕੀ ਕੀਤਾ ਜੀ, ਕਰਜ਼ੇ ਹੋਰ ਚੁੱਕ ਲਏ ਵੀ ਕਰਜ਼ੇ ਤਾਂ ਆਉਂਦਿਆਂ ਸਾਰ ਸਰਕਾਰ ਨੇ ਜਿਹੜੇ ਦੀ ਮਾਫ਼ ਕਰ ਦੇਣੇ ਆ ਸਾਰੇ,
ਔਰ ਉਹ ਕਰਜ਼ੇ ਚੁੱਕ ਕੇ ਫਸ ਗਏ। ਉਦੋਂ ਬਾਅਦ ਜਿਹੜੀ ਸਰਕਾਰ ਸੀਗੀ ਉਹਨੇ ਗਰੀਬ ਕਿਸਾਨ ਲੱਭੇ, ਫਿਰ ਗਰੀਬਾਂ ਚੋਂ ਗਰੀਬ ਕਿਸਾਨ ਲੱਭੇ, ਫਿਰ ਹੋਰ ਗਰੀਬ ਕਿਸਾਨ ਲੱਭੇ, ਉਹਨਾਂ ਦੇ ਕਰਜ਼ੇ ਜਿਹੜੇ ਸੀਗੇ ਜੀ ਉਹ ਮਾਫ ਕਰਨ ਵਾਲੀ ਗੱਲ ਜਿਹੜੀ ਉਹ ਤੋਰੀ। ਕਿਹਾ 2-2 ਲੱਖ ਮਾਫ ਕੀਤੇ ਗਏ, ਕਿਸੇ ਦੇ 15 ਰੁਪਈਏ ਮਾਫ ਕੀਤੇ, ਕਿਸੇ ਦੇ 17 ਰੁਪਈਏ ਜਿਹੜੇ ਸੀ ਉਹ ਮਾਫ ਕੀਤੇ, ਪਰ ਜਿਹਨਾਂ ਨੇ ਕਰਜ਼ੇ ਚੁੱਕ ਲਏ ਇਸ ਕਰਕੇ ਕਿ ਸਰਕਾਰ ਬਣਨ ਦੀ ਦੇਰ ਆ, ਕਾਂਗਰਸ ਦੀ, ਇਹਨੇ ਆਉਂਦਿਆਂ ਸਾਰ ਮਾਫ ਕਰ ਦੇਣੇ ਆ, ਉਹ ਬਹੁਤੇ ਜਿਹੜੇ ਜੀ ਉਹ ਫਸ ਗਏ। ਚੋਣਾਂ, ਲੋਕ ਸਭਾ ਦੀਆਂ ਚੋਣਾਂ ਦੇ ਦੌਰਾਨ ਵਾਰ ਵਾਰ ਜਿਹੜੇ ਕਰਜ਼ਈ ਕਿਸਾਨ ਸੀ ਉਹਨਾਂ ਦੇ ਵਾਰੰਟ ਤੇ ਉਹਨਾਂ ਨੂੰ ਜੇਲ੍ਹ ਨਾ ਭੇਜਣ ਦੀ ਗੱਲ ਜਿਹੜੀ ਆਖੀ ਸੀ, ਪਰ ਹੁਣ ਚੋਣਾਂ ਮੁੱਕ ਗਈਆਂ ਜੀ, ਫਿਰ ਜਿਹੜੇ ਇਹ ਨੇਤਾ ਲੋਕ ਨੇ ਕਿਹਦੇ ਕਾਬੂ ਆਉਂਦੇ ਆ ਜੀ, ਇਸ ਕਰਕੇ ਹੁਣ ਜਿਹੜੇ ਆ ਜੀ ਉਹ ਕਿਸਾਨ ਸੋਚ ਰਹੇ ਆ ਕਿ ਹਰ ਵਾਰੀ ਉਹ ਇਹਨਾਂ ਦੇ ਉੱਤੇ ਜਿਹੜਾ ਜੀ ਉਹ ਵਿਸ਼ਵਾਸ ਕਰਦੇ ਆ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿਸਾਨ ਇਹਨਾਂ 'ਤੇ ਯਕੀਨ ਕਿਵੇਂ ਕਰ ਲੈਂਦੇ, ਕਿਹੜਾ ਪਹਿਲੀ ਵਾਰ ਹੋਇਆ ਇਹਨਾਂ ਦੇ ਨਾਲ, ਅਤੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਤੁਸੀਂ ਪਹਿਲਾਂ ਵੀ ਦੱਸਿਆ ਕਿ ਸਰਕਾਰ ਦਾ ਲੱਗਦਾ ਕੰਟਰੋਲ ਹੀ ਨਹੀਂ ਰਿਹਾ, ਮੰਤਰੀ ਆਪਸ ਵਿੱਚ ਭਿੜ ਰਹੇ ਆ, ਅਤੇ ਸਿੱਧੂ ਵਾਲਾ ਮਾਮਲਾ ਉਹ ਵੀ ਉੱਥੇ ਲਟਕ ਰਿਹਾ ਹੈ। ਉੱਥੇ ਦਾ ਉੱਥੇ ਹੀ ਜਿਹੜਾ ਵੀ ਉਹ ਦਿਸ ਰਿਹਾ, ਕੈਪਟਨ ਅਮਰਿੰਦਰ ਸਿੰਘ ਹੋਰੀ ਮਿਲ ਨਹੀਂ ਰਹੇ ਜੀ ਜਿਹੜੇ ਅਹਿਮਦ ਪਟੇਲ ਹੋਰਾਂ ਨੂੰ, ਜਿਹਨਾਂ ਦੀ ਡਿਊਟੀ ਲਾਈ ਹੈ ਰਾਹੁਲ ਗਾਂਧੀ ਹੋਰਾਂ ਨੇ ਕਿ ਇਸ ਮਾਮਲੇ ਨੂੰ ਜਿਹੜਾ ਵੀ ਉਲਬੇੜਨ ਦੇ ਰਹੋ, ਕਿਉਂਕਿ ਇਹ ਕਿਹਾ ਜਾ ਰਿਹਾ ਕਨਸੂਆਂ ਇਹ ਮਿਲ ਰਹੀਆਂ ਨੇ ਕਿ ਹਾਈ ਕਮਾਂਡ ਜਿਹੜੀ ਆ ਉਹ ਨਵਜੋਤ ਸਿੰਘ ਸਿੱਧੂ ਨੂੰ ਸਟਰੋਂਗ ਕਰਨ ਦੇ ਜਿਹੜਾ ਵੀ ਰੌਂਗ ਦੇ ਵਿੱਚ ਹੈ। ਇਹ ਸਟਰੋਂਗ ਕਿਵੇਂ ਕਰੂਗੀ, ਇਹ 2-3 ਚੀਜ਼ਾਂ ਜਿਹੜੀਆਂ ਜੀ ਉਹ ਚੱਲ ਰਹੀਆਂ ਨੇ। ਇਹ ਵੀ ਕਿਹਾ ਜਾ ਰਿਹਾ ਕਿ ਉਹਨੂੰ ਡਿਪਟੀ ਮੁੱਖ ਮੰਤਰੀ ਬਣਾਉਣ ਦੀ ਗੱਲ ਜਿਹੜੀ ਉਹ ਕਹਿ ਸਕਦੀ ਆ ਹਾਈ ਕਮਾਂਡ। ਦੂਸਰਾ ਇਹ ਕਿਹਾ ਜਾ ਰਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਨਾਲ ਮੰਤਰਾਲੇ ਦੇ ਜਿਹੜਾ ਜੀ ਉਹ ਲਾਇਆ ਜਾ ਸਕਦਾ ਹੈ। ਤੀਸਰਾ ਇਹ ਵੀ ਚੱਲ ਰਿਹਾ ਕਿ ਹਾਈ ਕਮਾਂਡ ਜਿਹੜੀ ਉਹ ਚਾਹੁੰਦੀ ਆ ਕਿ ਉਹਨੂੰ ਸੈਂਟਰ ਦੇ ਵਿੱਚ ਜਿਹੜਾ ਜੀ ਉਹ ਜਨਰਲ ਸਕੱਤਰ ਲਾਇਆ ਜਾਵੇ ਕਾਂਗਰਸ ਦਾ, ਤੇ ਨਾਲ ਦੀ ਨਾਲ ਮੰਤਰਾਲਾ ਜਿਹੜਾ ਜੀ ਉਹਦੇ ਕੋਲੇ ਉਹ ਰਵੇ। ਇਹ 2-3 ਚੀਜ਼ਾਂ ਦੇ ਉੱਤੇ ਜਿਹੜਾ ਜੀ ਉਹ ਕੰਮ ਹੋ ਰਿਹਾ, ਸੋ ਜਾਣਕਾਰੀ ਤਾਂ ਕਿਉਂਕਿ ਕੈਪਟਨ ਸਾਹਿਬ ਤੱਕ ਵੀ ਪਹੁੰਚਦੀ ਹੋਊਗੀ, ਜਿਹਦੇ ਕਰਕੇ ਉਹ ਲਗਾਤਾਰ ਮਿਲਣ ਤੋਂ ਆਨਾਕਾਨੀ ਕਰ ਰਹੇ ਆ ਬਿਮਾਰੀ ਦਾ ਜਿਹੜਾ ਜੀ ਉਹ ਬਹਾਨਾ ਲਾ ਕੇ ਕਿ ਉਹ ਬਿਮਾਰ ਨੇ। ਨਵਜੋਤ ਸਿੰਘ ਸਿੱਧੂ ਹੋਰੀ ਦਿੱਲੀ ਬੈਠੇ ਆ, ਕੱਲ੍ਹ ਦੇ ਫੇਰ ਜਿਹੜਾ ਜੀ ਉਹਨਾਂ ਦੀ ਮੁਲਾਕਾਤ ਜਿਹੜੀ ਰਾਹੁਲ ਗਾਂਧੀ ਹੋਰਾਂ ਦੇ ਨਾਲ ਅੱਜ ਸੰਭਾਵੀ ਰੂਪ ਦੇ ਵਿੱਚ ਹੋ ਸਕਦੀ ਆ। ਅੱਗੋਂ ਕੀ ਜਿਹੜੀ ਹਾਈ ਕਮਾਂਡ ਕਰਦੀ ਆ ਇਹ ਆਉਂਦੀਆਂ ਗੱਲਾਂ ਨੇ। ਅਜੇ ਤੱਕ ਓਪੀ ਸੋਨੀ ਹੋਰਾਂ ਨੇ ਵੀ ਆਪਣਾ ਮੰਤਰਾਲਾ ਨਹੀਂ ਸੰਭਾਲਿਆ। ਓਪੀ ਸੋਨੀ ਹੋਰਾਂ ਵਾਲਾ ਜਿਹੜਾ ਮੰਤਰਾਲਾ ਹੈ ਉਹ ਵਿਜੇਇੰਦਰ ਸਿੰਗਲਾ ਹੋਰਾਂ ਨੂੰ ਮਿਲਿਆ ਸਿੱਖਿਆ ਦਾ ਜਿਹੜਾ ਜੀ, ਇਹਦੇ ਵਿੱਚ ਜਿਹੜਾ ਜੀ ਮਤਭੇਦ ਉਭਰੇ ਨੇ ਜਿਹੜੇ ਕਿਉਂਕਿ ਜਿਹੜੇ ਕੁਛ ਬਦਲੀਆਂ ਜਿਹੜੀਆਂ ਕੀਤੀਆਂ ਸੀਗੀਆਂ ਓਪੀ ਸੋਨੀ ਹੋਰਾਂ ਨੇ ਇਹ 300 ਦੇ ਕਰੀਬ ਥੋਕ ਦੇ ਵਿੱਚ ਕੀਤੇ ਗਏ ਤਬਾਦਲੇ ਸੀ, ਇਹਨਾਂ ਦੀ ਸਿਫਾਰਿਸ਼ ਦਾ ਮਾਮਲਾ ਜਿਹੜਾ ਜੀ ਉਹ ਗੁਰਬਾਉਣ ਤੋਂ ਬਾਅਦ ਇਹ ਹੁਣ ਮਾਮਲਾ ਮੁੱਖ ਮੰਤਰੀ ਦੇ ਦਰਬਾਰ ਦੇ ਵਿੱਚ ਜਿਹੜਾ ਜੀ ਉਹ ਪਹੁੰਚ ਗਿਆ। ਜਿਹੜੀ ਇਹਨਾਂ ਤਬਾਦਲਿਆਂ ਦੀ ਸੂਚੀ ਆ ਉਹ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਆ। ਵਿਜੇਇੰਦਰ ਸਿੰਗਲਾ ਜਿਹੜੇ ਕਿ ਮੌਜੂਦਾ ਸਿੱਖਿਆ ਮੰਤਰੀ ਨੇ, ਉਹਨਾਂ ਨੇ ਇਹਨਾਂ ਤਬਾਦਲਿਆਂ ਦੀਆਂ ਸਿਫਾਰਿਸ਼ਾਂ ਨੂੰ ਸਰਕਾਰ ਦੀ ਤਬਾਦਲਾ ਨੀਤੀ ਦੇ ਉਲਟ ਦੱਸਦਿਆਂ ਬਦਲੀਆਂ ਕਰਨ ਤੋਂ ਨਾ ਕਰਤੀ ਆ। ਸਿੰਗਲਾ ਨੇ ਮਾਮਲਾ ਜਿਹੜਾ ਜੀ ਮੁੱਖ ਮੰਤਰੀ ਉਹਨਾਂ ਨੂੰ ਮਿਲ ਕੇ ਉਹਨਾਂ ਦੇ ਧਿਆਨ ਦੇ ਵਿੱਚ ਲਿਆਤਾ ਜੀ। ਉੱਧਰ ਓਪੀ ਸੋਨੀ ਹੋਰਾਂ ਨੇ ਵਿਭਾਗ ਦੀ ਜਿਹੜੀ ਰੱਦੋ ਬਦਲ ਤੋਂ ਕੁਛ ਘੰਟੇ ਪਹਿਲਾਂ 6 ਜੂਨ ਨੂੰ ਇੱਕ ਲੰਮੀ ਚੌੜੀ ਸੂਚੀ ਜਿਹੜੇ 300 ਦੇ ਕਰੀਬ ਲਗਭਗ ਨਾਂ ਸੀਗੇ ਜੀ ਇਹਨਾਂ ਦੇ ਤਬਾਦਲੇ ਜਿਹੜੇ ਜੀ ਉਹ ਕਰ ਦਿੱਤੇ। ਠੀਕ ਹੈ, ਹੁਣ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਓਪੀ ਸੋਨੀ ਤੇ ਵਿਜੇਇੰਦਰ ਸਿੰਗਲਾ ਹੋਰਾਂ ਦੇ ਵਿਚਾਲੇ ਮਤਭੇਦ ਜਿਹੜੇ ਆ ਜੀ ਇਸ ਨੂੰ ਲੈ ਕੇ ਉੱਭਰ ਰਹੇ ਆ। ਸੋਨੀ ਇਹ ਕਹਿ ਰਿਹਾ ਕਿ ਸਿੱਖਿਆ ਵਿਭਾਗ ਦੇ ਵਿੱਚ ਅਫਸਰਸ਼ਾਹੀ ਹਾਵੀ ਹੈ ਤੇ ਵਿਜੇਇੰਦਰ ਸਿੰਗਲਾ ਹੁਣੇ ਅਜੇ ਨਵੇਂ ਨਵੇਂ ਮੰਤਰੀ ਬਣੇ ਆ, ਇਸ ਕਰਕੇ ਉਹਨਾਂ ਨੂੰ ਜ਼ਿਆਦਾ ਇਸ ਵਿਭਾਗ ਦੀ ਜਾਣਕਾਰੀ ਨਹੀਂ ਕਿ ਵਿਭਾਗ ਦੇ ਵਿੱਚ ਕੀ ਹੋ ਰਿਹਾ। ਓਪੀ ਸੋਨੀ ਕਹਿੰਦੇ ਆ ਕਿ 4 ਜੂਨ ਨੂੰ ਪਾਲਿਸੀ ਲਾਗੂ ਹੋਣ ਤੋਂ 2 ਦਿਨ ਪਹਿਲਾਂ ਜਿਹੜੀਆਂ ਬਦਲੀਆਂ ਦੇ ਹੁਕਮ ਦਿੱਤੇ ਗਏ ਸੀ ਉਹਨਾਂ ਨੂੰ ਸਿੱਖਿਆ ਅਧਿਕਾਰੀਆਂ ਨੇ ਰੋਕਦੇ ਹੋਏ ਸਿੰਗਲਾ ਦੇ ਕੋਲੇ ਪੇਸ਼ ਕਰਤਾ ਹੈ। ਉਹ ਕਹਿੰਦੇ ਜੇ ਕੋਈ ਗਲਤ ਹੈ ਤੇ ਸਿੰਗਲਾ ਜਿਹੜੇ ਦੀ ਇਹ ਬਦਲੀਆਂ ਨਾ ਕਰਨ। ਓਪੀ ਸੋਨੀ ਹੋਈ ਫਿਰ ਜਿਹੜਾ ਜੀ ਇਹਦੇ ਉੱਤੇ ਸਵਾਲ ਖੜੇ ਕਰ ਰਹੇ ਆ ਕਿ ਅਫਸਰਸ਼ਾਹੀ ਜਿਹਦੇ ਬਾਰੇ ਉਹ ਕਹਿੰਦੇ ਆ ਕਿ ਅਫਸਰਸ਼ਾਹੀ ਹਾਵੀ ਹੋ ਗਈ ਆ, ਇਹ ਉਹੀ ਆ ਜਿਹੜੇ ਕਿ ਉਹਨਾਂ ਦੇ ਵੱਲੋਂ ਕੀਤੇ ਹੋਏ ਤਬਾਦਲਿਆਂ ਨੂੰ ਰੱਦ ਜਿਹੜਾ ਜੀ ਉਹ ਕਰਵਾਉਣਾ ਚਾਹੁੰਦੀ ਹੈ। ਸੋ ਇਹ ਮਾਮਲੇ ਇਸ ਤਰ੍ਹਾਂ ਦੇ ਨੇ ਜੀ ਕਿ ਓਪੀ ਸੋਨੀ ਹੋਰਾਂ ਨੇ ਆਪਣਾ ਵਿਭਾਗ ਤਾਂ ਸੰਭਾਲਿਆ ਨੀ, ਜਿਹੜਾ ਦੂਸਰਾ ਵਿਭਾਗ ਹੈ ਉਹਦੇ ਉੱਤੇ ਕਈ ਤਰ੍ਹਾਂ ਦੇ ਕਿੰਤੂ ਪਰੰਤੂ ਜਿਹੜੇ ਵੀ ਉੱਭਰ ਆਏ ਨੇ। ਹੁਣ ਸਾਰਾ ਕੁਛ ਜਿਹੜਾ ਜੀ ਵੇਖਿਆ ਜਾ ਰਿਹਾ ਹਾਈ ਕਮਾਂਡ ਵੱਲ ਨੂੰ ਕਿ ਹਾਈ ਕਮਾਂਡ ਇਹਦੇ ਉੱਤੇ ਕੀ ਫੈਸਲਾ ਲੈਂਦੀ ਆ। ਹਾਈ ਕਮਾਂਡ ਜਿਹੜੀ ਆ ਜੀ ਉਹ ਚਾਹੁੰਦੀ ਆ ਕਿ ਕੈਪਟਨ ਅਮਰਿੰਦਰ ਸਿੰਘ ਵੀ ਨਾਰਾਜ਼ ਨਾ ਹੋਣ, ਪਰ ਨਾਲ ਦੀ ਨਾਲ ਉਹ ਸਟਰੋਂਗਲੀ ਚਾਹੁੰਦੀ ਆ ਕਿ ਨਵਜੋਤ ਸਿੰਘ ਸਿੱਧੂ ਹੋਰੀ ਕਿਸੇ ਤਰੀਕੇ ਨਾਲ ਨਾਰਾਜ਼ ਨਾ ਹੋਣ, ਕਿਉਂਕਿ ਉਹ ਲੌਂਗ ਟਰਮ ਦੇ ਵਾਸਤੇ ਜਿਹੜਾ ਜੀ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਦੇਖ ਰਹੀ ਹੈ ਕਿ ਉਹ ਸਟਾਰ ਪ੍ਰਚਾਰਕ ਨੇ ਕਾਂਗਰਸ ਦੇ, ਜਿਹਨਾਂ ਤੋਂ ਉਹਨੇ ਗਾਂਹ ਵੀ ਜਿਹੜਾ ਜੀ ਉਹ ਕੰਮ ਲੈਣਾ।
ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਸਟਾਈਲ ਜਿਹੜਾ ਇਸ ਵੇਲੇ ਚੱਲ ਰਿਹਾ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਬਿਲਕੁਲ ਜੀ, ਇੱਕੋ ਸਟੇਟ ਆ ਨਾ ਕੋ ਵੀ ਨਹੀਂ ਸਮਝ ਆਉਂਦੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਨੂੰ ਸਤਿ ਸ਼੍ਰੀ ਅਕਾਲ।